ਨਿਊਜ਼ ਨੰਬਰ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਗੁਰਦੀਪ ਗਰੇਵਾਲ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਲੈ ਕੇ। ਅੱਜ ਦਾ ਪ੍ਰੋਗਰਾਮ ਜਿਹੜਾ ਹੋਏਗਾ ਉਹ ਸਾਡਾ ਔਰਤਾਂ 'ਤੇ ਵਿਸ਼ੇਸ਼ ਹੋਏਗਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਪੱਧਰ 'ਤੇ ਔਰਤਾਂ ਦਾ ਦਿਨ ਮਨਾਇਆ ਜਾਂਦਾ। ਇਹ ਖਾਸ ਦਿਨ ਮਿੱਥਿਆ ਗਿਆ ਔਰਤਾਂ ਦੀ ਗੱਲ ਕਰਨ ਦੇ ਲਈ, ਔਰਤਾਂ ਦਾ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਇਸ ਬਾਰੇ ਗੱਲ ਕਰਨ ਦੇ ਲਈ, ਜਾਂ ਫਿਰ ਔਰਤਾਂ ਸਮਾਜ ਦੇ ਵਿੱਚ ਰਹਿ ਕੇ ਕਿਸ ਪ੍ਰਕਾਰ ਦੀਆਂ ਤ੍ਰਾਸਦੀਆਂ ਹੰਢਾ ਰਹੀਆਂ ਨੇ, ਜਾਂ ਫਿਰ ਉਹਨਾਂ ਦੀਆਂ ਆਪਣੇ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਮਾਰੀਆਂ ਮੱਲਾਂ ਦੀ ਗੱਲ ਕਰਨ ਦੇ ਲਈ 8 ਮਾਰਚ ਦਾ ਦਿਨ ਕੌਮਾਂਤਰੀ ਪੱਧਰ 'ਤੇ ਮਿੱਥਿਆ ਗਿਆ। ਅਤੇ ਅੱਜ ਇਸ ਦਿਨ 'ਤੇ ਖਾਸ ਗੱਲਬਾਤ ਕਰਨ ਦੇ ਲਈ ਮੌਜੂਦਾ SGPC ਮੈਂਬਰ ਅਤੇ ਸਾਬਕਾ ਚੇਅਰਪਰਸਨ ਵੁਮੈਨ ਕਮਿਸ਼ਨ ਪੰਜਾਬ ਮੈਡਮ ਪਰਮਜੀਤ ਕੌਰ ਲਾਂਡਰਾਂ ਹੋਰੀ ਹਾਜ਼ਰ ਹੋਏ ਨੇ। ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਿਹੜੇ ਪਿਛਲੇ 22-23 ਸਾਲਾਂ ਤੋਂ ਸਿਆਸੀ ਅਤੇ ਸਮਾਜਿਕ ਤੌਰ 'ਤੇ ਐਕਟਿਵ ਨੇ। ਅਤੇ ਅੱਜ ਦੇ ਦਿਨ 'ਤੇ ਖਾਸ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮਕਸਦ ਇਹੀ ਸੀ ਕਿ ਉਹਨਾਂ ਨੇ ਪਿਛਲੇ 6 ਸਾਲ ਪੰਜਾਬ ਵੁਮੈਨ ਕਮਿਸ਼ਨ ਦੇ ਅਹੁਦੇ 'ਤੇ ਰਹਿ ਕੇ ਸੇਵਾ ਕੀਤੀ ਹੈ। ਸੋ ਉਸ ਕਾਰਜਕਾਲ ਦੌਰਾਨ ਉਹਨਾਂ ਨੇ ਕਿਸ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਔਰਤਾਂ ਦੀ ਵੇਖੀ, ਅਤੇ ਜਾਂ ਕਿਹੜੇ ਕਿਹੜੇ ਕੰਮ ਉਹਨਾਂ ਵੱਲੋਂ ਇਸ ਅਹੁਦੇ 'ਤੇ ਰਹਿ ਕੇ ਕੀਤੇ ਗਏ ਨੇ, ਸੋ ਉਸ 'ਤੇ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ। ਅਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ। ਅੱਜ ਤੁਸੀਂ ਖਾਸ ਦਿਨ 'ਤੇ ਸਾਨੂੰ ਆਪਣਾ ਟਾਈਮ ਦਿੱਤਾ। ਬਹੁਤ ਇਹਨਾਂ ਦਾ ਰੁਝੇਵਿਆਂ ਭਰਿਆ ਟਾਈਮ ਚੱਲ ਰਿਹਾ ਸੀ, ਅਤੇ ਅੱਜ ਇਹਨਾਂ ਦੀ ਗੁਰਦੁਆਰਾ ਅੰਮ੍ਰਿਤਸਰ ਮੋਹਾਲੀ ਵਿਖੇ ਇੱਕ ਮੀਟਿੰਗ ਸੀ, ਅਤੇ ਉੱਥੇ ਹੀ ਇਹਨਾਂ ਨੇ ਸਾਡੇ ਲਈ ਟਾਈਮ ਕੱਢਿਆ, ਅਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਮੈਮ, ਇਸ ਤੋਂ ਪਹਿਲਾਂ ਕਿ 8 ਮਾਰਚ ਜਿਹੜਾ ਔਰਤਾਂ ਦਾ ਦਿਨ ਮਨਾਇਆ ਜਾਂਦਾ, ਆਪਾਂ ਇਸ 'ਤੇ ਗੱਲ ਕਰੀਏ ਜਾਂ ਫਿਰ ਪੰਜਾਬ ਜਾਂ ਪੰਜਾਬ ਤੋਂ ਬਾਹਰ ਔਰਤਾਂ ਦੀ ਕੀ ਸਥਿਤੀ ਆ ਇਸ 'ਤੇ ਗੱਲ ਕਰੀਏ, ਤਾਂ ਮੈਂ ਤੁਹਾਡੇ ਬਾਰੇ ਵੀ ਪੜ੍ਹ ਰਹੀ ਸੀ ਕਿ 27 ਸਾਲਾਂ ਦੀ ਉਮਰ ਦੇ ਵਿੱਚ ਤੁਸੀਂ ਪਿੰਡ ਦੀ ਸਰਪੰਚੀ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ, ਹੈ ਨਾ? ਸੋ ਪਿੰਡ ਦੀ ਸਰਪੰਚੀ ਅਤੇ ਫਿਰ ਪੰਜਾਬ ਵੁਮੈਨ ਕਮਿਸ਼ਨ ਦੇ ਚੇਅਰਪਰਸਨ ਰਹਿਣਾ, ਤਾਂ ਇਸ ਦੌਰਾਨ ਤੁਸੀਂ ਹੋਰ ਕਿਹੜੇ ਕਿਹੜੇ ਅਹੁਦਿਆਂ 'ਤੇ ਬਿਰਾਜਮਾਨ ਰਹੇ? ਸ਼ੁਰੂ 'ਚ ਜਿਵੇਂ ਤੁਸੀਂ ਪੜ੍ਹਿਆ ਹੀ ਹੈ ਕਿ ਮੈਂ ਬਹੁਤ ਛੋਟੀ ਉਮਰ ਦੀ ਸੀ ਜਦੋਂ ਪੰਜਾਬ ਦੇ ਵਿੱਚ ਮੈਨੂੰ ਗਿਣਿਆ ਗਿਆ ਸੀ ਕਿ ਮੈਂ ਸਰਪੰਚ ਦੇ ਤੌਰ 'ਤੇ ਆਪਣੇ ਪਿੰਡ ਦੀ ਸੇਵਾ ਕੀਤੀ। ਉਸ ਤੋਂ ਬਾਅਦ ਮੈਨੂੰ ਬਲੋਕ ਸਮਿਤੀ ਖਰੜ ਦੇ ਵਿੱਚ ਵਾਈਸ ਚੇਅਰਮੈਨ ਦੇ ਤੌਰ 'ਤੇ ਕੰਮ ਕਰਨ ਦਾ ਮੌਕਾ ਮਿਲਿਆ, ਅਤੇ ਹੁਣ ਮੈਂ ਮੌਜੂਦਾ ਹਲਕਾ ਮੋਹਾਲੀ ਤੋਂ ਮੈਂਬਰ SGPC ਇਲੈਕਟ ਹੋਈ ਹਾਂ, ਅਤੇ ਇਹ ਸੇਵਾ ਨਿਭਾ ਰਹੀ ਹਾਂ। ਅਤੇ ਨਾਲ ਦੀ ਨਾਲ ਮੈਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ January 2013 ਤੋਂ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ, ਅਤੇ ਲਗਾਤਾਰ 5 ਸਾਲ ਮੈਂ ਇਸ ਅਹੁਦੇ 'ਤੇ ਸੇਵਾ ਵੀ ਕੀਤੀ ਹੈ, ਅਤੇ ਔਰਤਾਂ ਨੂੰ ਨੇੜੇ ਹੋ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੀ ਵੀ ਕੋਸ਼ਿਸ਼ ਕੀਤੀ ਹੈ, ਉਹਨਾਂ ਦੇ ਕੁਛ ਹੱਲ ਕੱਢਣ ਦੀ ਵੀ ਕੋਸ਼ਿਸ਼ ਕੀਤੀ ਹੈ, ਅਤੇ ਕੁਛ ਸੋਚ ਬਣਾਈ ਹੈ ਕਿ ਇਹ ਜਿਹੜੀਆਂ ਤ੍ਰਾਸਦੀਆਂ ਔਰਤਾਂ ਦੇ ਨਾਲ ਹੋ ਰਹੀਆਂ ਨੇ ਸਦੀਆਂ ਤੋਂ, ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਦਰੁਸਤ ਕਰਕੇ ਉਹਨਾਂ ਦੀ ਜਿਹੜੀ ਹੋਣੀ ਨੂੰ ਅਸੀਂ ਬਦਲ ਸਕਦੇ ਹਾਂ ਜੀ। ਅਤੇ ਆਪਾਂ ਜਦੋਂ ਆਮ ਤੌਰ 'ਤੇ ਰਾਜਨੀਤਿਕ ਲੋਕਾਂ ਨੂੰ ਦੇਖਦੇ ਹਾਂ ਜਾਂ ਫਿਰ ਆਪਣਾ ਤਾਣਾ ਬਾਣਾ ਦੇਖਦੇ ਹਾਂ, ਤਾਂ ਬਹੁਤ ਘੱਟ ਜਿਹੜੀਆਂ ਔਰਤਾਂ ਨੇਗੀਆਂ ਰਾਜਨੀਤੀ ਦੇ ਵਿੱਚ ਆਉਂਦੀਆਂ ਨੇ ਜਾਂ ਫਿਰ ਆ ਕੇ ਲੰਮਾ ਸਮਾਂ ਇਸ ਖੇਤਰ ਦੇ ਵਿੱਚ ਟਿਕਦੀਆਂ ਨੇ। ਸੋ ਤੁਹਾਡਾ ਇਹ 22-23 ਸਾਲਾਂ ਦਾ ਰਾਜਨੀਤਿਕ ਸਫ਼ਰ ਕਿਸ ਤਰੀਕੇ ਦਾ ਰਿਹਾ? ਮੈਂ ਸਮਝਦੀ ਹਾਂ ਕਿ ਇੱਕ ਬੜਾ ਸੰਘਰਸ਼ਪੂਰਨ ਜੀਵਨ ਰਿਹਾ। ਵੈਸੇ ਤਾਂ ਰਾਜਨੀਤੀ ਇਹ ਕੋਈ ਜੈਂਡਰ ਬੇਸਡ ਮੈਂ ਨਹੀਂ ਸਮਝਦੀ ਕਿ ਇਹ ਚੀਜ਼ ਹੈ, ਕਿਉਂਕਿ ਜਿਹੜਾ ਵੀ ਬੰਦਾ ਰਾਜਨੀਤਿਕ ਖੇਤਰ ਦੇ ਵਿੱਚ ਆਉਂਦਾ ਹੈ, ਭਾਵੇਂ ਉਹ ਆਦਮੀ ਦੇ ਰੂਪ ਦੇ ਵਿੱਚ ਹੋਵੇ ਭਾਵੇਂ ਔਰਤ ਦੇ ਰੂਪ 'ਚ, ਹਰ ਇੱਕ ਨੂੰ ਸੰਘਰਸ਼ ਤਾਂ ਬਹੁਤ ਜ਼ਿਆਦਾ ਕਰਨਾ ਪੈਂਦਾ ਹੈ, ਪਰ ਔਰਤਾਂ ਨੂੰ ਥੋੜ੍ਹਾ ਜਿਹਾ ਸੰਘਰਸ਼ ਜ਼ਿਆਦਾ ਕਰਨਾ ਪੈਂਦਾ, ਔਰ ਖਾਸ ਕਰਕੇ ਉਦੋਂ ਜਦੋਂ ਉਸਦੀ ਫੈਮਿਲੀ ਬੈਕਗਰਾਉਂਡ ਰਾਜਨੀਤਿਕ ਨਾ ਰਹੀ ਹੋਵੇ। ਕਿਉਂਕਿ ਅੱਜ ਜੇਕਰ ਆਪਾਂ ਰਾਜਨੀਤਿਕ ਔਰਤਾਂ ਦੀ ਗੱਲ ਕਰੀਏ ਤਾਂ ਬਹੁ ਗਿਣਤੀ ਉਹਨਾਂ ਔਰਤਾਂ ਦੀ ਹੈ ਜਿਨ੍ਹਾਂ ਦੀ ਕੋਈ ਨਾ ਕੋਈ ਬੈਕਗਰਾਉਂਡ ਰਾਜਨੀਤਿਕ ਰਹੀ ਹੈ, ਚਾਹੇ ਉਹ ਇੱਕ ਧੀ ਦੇ ਰੂਪ ਦੇ ਵਿੱਚ ਰਾਜਨੀਤੀ 'ਚ ਆਈਆਂ ਨੇ, ਕਿਸੇ ਲੀਡਰ ਦੀ ਧੀ ਆ, ਕਿਸੇ ਲੀਡਰ ਦੀ ਨੂੰਹ ਹੈ, ਕਿਸੇ ਲੀਡਰ ਦੀ ਬੀਵੀ ਦੇ ਰੂਪ ਦੇ ਵਿੱਚ, ਪੋਲੀਟੀਕਲ ਪਰਿਵਾਰਾਂ ਦੇ ਨਾਲ ਜੁੜੀਆਂ ਹੋਈਆਂ ਔਰਤਾਂ ਦੀ ਬਹੁ ਗਿਣਤੀ ਅੱਜ ਰਾਜਨੀਤੀ ਦੇ ਵਿੱਚ ਹੈ। ਪਰ ਮੈਂ ਇਸ ਗੱਲ 'ਤੇ ਮਾਣ ਵੀ ਕਰ ਸਕਦੀ ਹਾਂ ਕਿ ਸੰਘਰਸ਼ ਬੇਸ਼ੱਕ ਜ਼ਿਆਦਾ ਕਰਨਾ ਪਿਆ, ਪਰ ਆਪਣੇ ਆਪ ਨੂੰ ਅਜਿਹੇ ਖੇਤਰ ਦੇ ਵਿੱਚ ਜਿੱਥੇ ਤੁਹਾਡੀ ਬਹੁਤੀ ਬੈਕਗਰਾਉਂਡ ਨਾ ਹੋਵੇ, ਆਪਣੇ ਆਪ ਨੂੰ ਅਸਟੈਬਲਿਸ਼ ਕਰਨਾ, ਮੈਂ ਸਮਝਦੀ ਹਾਂ ਕਿ ਬਹੁਤ ਸਾਰੀਆਂ ਔਰਤਾਂ ਮੈਂ ਅੱਜ ਉਹਨਾਂ ਨੂੰ ਜਾਣਦੀ ਵੀ ਹਾਂ ਕਿ ਜਿਨ੍ਹਾਂ ਨੇ ਮੈਨੂੰ ਦੇਖ ਕੇ ਹੌਸਲਾ ਕੀਤਾ ਕਿ ਰਾਜਨੀਤੀ ਇੰਨਾ ਮਾੜਾ ਖੇਤਰ ਨਹੀਂ ਜਿੰਨਾ ਗਿਣਿਆ ਜਾਂਦਾ ਹੈ, ਅਤੇ ਜੇਕਰ ਔਰਤ ਕੋਸ਼ਿਸ਼ ਕਰੇ ਤਾਂ ਇਸ ਖੇਤਰ ਦੇ ਵਿੱਚ ਵੀ ਜਿਵੇਂ ਚਿੱਕੜ ਦੇ ਵਿੱਚ ਕਮਲ ਖਿੜਦਾ ਹੈ, ਆਪਣੇ ਆਪ ਨੂੰ ਸਹੀ ਤਰੀਕੇ ਨਾਲ ਅਸੀਂ ਮੂਵ ਕਰ ਸਕਦੇ ਹਾਂ। ਸੋ ਇਸ ਗੱਲ ਦਾ ਮੈਂ ਜ਼ਰੂਰ ਮਾਣ ਮਹਿਸੂਸ ਕਰਦੀ ਹਾਂ ਕਿ ਮੈਨੂੰ ਦੇਖ ਕੇ ਬਹੁਤ ਔਰਤਾਂ ਨੇ ਹੌਸਲਾ ਕੀਤਾ ਕਿ ਰਾਜਨੀਤੀ 'ਚ ਆਏ, ਭਾਵੇਂ ਉਹ ਸਰਪੰਚ ਪੱਧਰ 'ਤੇ ਔਰਤਾਂ ਨੇ ਕੰਮ ਕਰਨ ਦੀ ਗੱਲ ਕੀਤੀ ਹੈ ਜਾਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਅਹੁਦੇਦਾਰੀਆਂ ਜਿਹੜੀਆਂ ਹੈਗੀਆਂ ਨੇ ਔਰਤਾਂ ਨੂੰ, ਉਹ ਬਹੁਤ ਲੋਕਾਂ ਦਾ ਰੋਲ ਮਾਡਲ ਬਣਦਾ ਮੈਨੂੰ ਮਾਣ ਮਹਿਸੂਸ ਹੋਇਆ, ਜਿਹਦੇ ਵਾਸਤੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਵੀ ਹੈ ਕਿ ਐਡਾ ਵੱਡਾ ਮੌਕਾ ਮੈਨੂੰ ਮਿਲਿਆ।
ਜੀ, ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੌਰਾਨ ਤੁਹਾਨੂੰ 2013 ਦੇ ਵਿੱਚ ਤੁਸੀਂ ਵੁਮੈਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਬਣੇ, ਜਦੋਂ ਇਹ ਅਹੁਦਾ ਤੁਹਾਨੂੰ ਮਿਲਿਆ, ਇਹ ਇਸ ਅਹੁਦੇ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਸੀ, ਕਿਉਂਕਿ ਤੁਸੀਂ ਪੂਰੇ ਪੰਜਾਬ ਦੀਆਂ ਔਰਤਾਂ ਦੀ ਗੱਲ ਕਰਨ ਜਾ ਰਹੇ ਸੀਗੇ, ਸਟੇਟ ਲੈਵਲ 'ਤੇ ਵੀ ਜਾਂ ਫਿਰ ਨੈਸ਼ਨਲ ਲੈਵਲ 'ਤੇ, ਉਸ ਤੋਂ ਬਾਅਦ ਤੁਸੀਂ ਬਾਹਰ ਵੀ ਗਏ ਹੋ, ਹੈ ਨਾ, ਉੱਥੇ ਜਾ ਕੇ ਵੀ ਤੁਸੀਂ ਇੰਡੀਆ ਨੂੰ ਰਿਪ੍ਰਜੈਂਟ ਕੀਤਾ ਆ, ਸੋ ਇਸ ਅਹੁਦੇ ਦੀ ਤੁਹਾਡੇ ਲਈ ਕੀ ਮਾਇਨੇ ਸੀਗੇ ਜਾਂ ਕੀ ਤੁਸੀਂ ਸੋਚਿਆ ਹੋਇਆ ਸੀਗਾ ਕਿ ਤੁਸੀਂ ਇਸ ਅਹੁਦੇ 'ਤੇ ਰਹਿ ਕੇ ਕੀ ਕਰਨਾ ਆ? ਜਦੋਂ ਪੰਜਾਬ ਸਰਕਾਰ ਨੇ ਔਰ ਖਾਸ ਕਰਕੇ ਸਾਡੇ ਉਸ ਵਕਤ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਅਤੇ ਡਿਪਟੀ CM ਸਰਦਾਰ ਸੁਖਵੀਰ ਸਿੰਘ ਜੀ ਬਾਦਲ, ਉਹਨਾਂ ਨੇ ਮੇਰੇ 'ਤੇ ਭਰੋਸਾ ਰੱਖਿਆ, ਤਾਂ ਮੇਰੇ 'ਤੇ ਜ਼ਿੰਮੇਵਾਰੀ ਬਹੁਤ ਵੱਡੀ ਸੀ, ਕਿਉਂਕਿ ਅੱਜ ਤੱਕ ਦਾ ਇਹ ਰਿਕਾਰਡ ਹੀ ਰਿਹਾ, ਸਿਰਫ ਪੰਜਾਬ ਦੀ ਗੱਲ ਨਾ ਕਰੀਏ, ਜੇ ਆਪਾਂ ਬਾਕੀ ਸਟੇਟਸ ਦੇ ਵੁਮੈਨ ਕਮਿਸ਼ਨਸ ਦੀ ਵੀ ਗੱਲ ਕਰੀਏ, ਤਾਂ ਇੱਕ ਰਿਕਾਰਡ ਹੀ ਹੈ ਕਿ ਆਮ ਤੌਰ 'ਤੇ ਜਿਹੜੀਆਂ ਪੋਲੀਟੀਕਲ ਪਰਿਵਾਰਾਂ ਦੇ ਨਾਲ ਜੁੜੀਆਂ ਹੋਈਆਂ ਔਰਤਾਂ ਨੇ ਆ, ਕਿਸੇ ਨਾ ਕਿਸੇ ਤਰ੍ਹਾਂ ਵਧੀਆ ਰਾਜਨੀਤਿਕ ਲਿੰਕ ਰੱਖਦੀਆਂ ਔਰਤਾਂ ਨੂੰ ਹੀ ਵੁਮੈਨ ਕਮਿਸ਼ਨ ਦੇ ਚੇਅਰਪਰਸਨ ਦੇ ਤੌਰ 'ਤੇ ਕੰਮ ਕਰਨ ਦੇ ਮੌਕੇ ਮਿਲੇ ਨੇ। ਪਰ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਇੱਕ ਆਮ ਸਧਾਰਨ ਕਿਸਾਨੀ ਪਰਿਵਾਰ 'ਚੋਂ ਮੈਂ ਨਿਕਲ ਕੇ, ਮੇਰੇ ਪੇਰੈਂਟਸ ਵੀ ਉਨੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਸੀ, ਉੱਥੇ ਆਪਣੇ ਆਪ ਨੂੰ ਇਸਟੈਬਲਿਸ਼ ਮੈਂ ਕੀਤਾ, ਅਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੈਨੂੰ ਬਹੁਤ ਛੋਟੇ, ਜਦੋਂ ਤੋਂ ਮੈਂ ਸਰਪੰਚ ਸੀ, ਮੈਨੂੰ ਕੰਮ ਕਰਦੇ ਦੇਖਦੇ ਸੀ, ਬੜੀ ਮੈਨੂੰ ਬਾਅਦ 'ਚ ਉਹਨਾਂ ਨੇ ਦੱਸਿਆ ਕਿ ਮੈਂ ਹਮੇਸ਼ਾ ਹੀ ਜਦੋਂ ਕਿਸੇ ਸਟੇਜ 'ਤੇ ਬੋਲਦੀ ਸੀ ਜਾਂ ਮੈਂ ਮੂਵ ਕਰਦੀ ਸੀ ਜਾਂ ਔਰਤਾਂ ਨੂੰ ਇਕੱਠੇ ਕਰਕੇ ਉਹਨਾਂ ਦੇ ਕੋਲ ਲੈ ਕੇ ਜਾਣਾ, ਤਾਂ ਉਹ ਮੈਨੂੰ ਗੌਹ ਨਾਲ ਦੇਖਦੇ ਸੀ ਕਿ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਨੂੰ ਲੱਗਦਾ ਸੀ ਕਿ ਤੇਰੇ 'ਚ ਪੋਟੈਂਸ਼ੀਅਲ ਹੈ, ਤੂੰ ਕੰਮ ਕਰ ਸਕਦੀ ਹੈ। ਅਤੇ ਜਦੋਂ ਇਹ ਮੌਕਾ ਮਿਲਿਆ, ਤਾਂ ਬਹੁਤ ਵੱਡੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਪਰਿਵਾਰਾਂ ਦੀਆਂ ਔਰਤਾਂ ਨੇ ਉੱਥੇ ਅਪਲਾਈ ਕੀਤਾ ਹੋਇਆ ਸੀ ਇਸ ਅਹੁਦੇ ਦੇ ਵਾਸਤੇ, ਅਤੇ ਮੈਨੂੰ ਬਹੁਤ ਮਾਣ ਮਹਿਸੂਸ ਹੋਇਆ ਕਿ ਜਦੋਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਇੱਕ ਆਮ ਕਿਸਾਨੀ ਪਰਿਵਾਰ ਦੀ ਧੀ ਨੂੰ ਇੱਕ ਵੱਡਾ ਮੌਕਾ ਦਿੱਤਾ, ਉਹਦਾ ਮੈਂ ਇੱਕ ਥੋੜ੍ਹਾ ਜਿਹਾ ਇਹ ਵੀ ਮੈਂ ਮੰਨਦੀ ਹਾਂ, ਕਿਉਂਕਿ ਬਾਦਲ ਸਾਹਿਬ ਮੇਰੀ ਇਸ ਕਰਕੇ ਵੀ ਇੱਜ਼ਤ ਕਰਦੇ ਸੀ ਕਿ ਇੱਕ ਤਾਂ ਇਹ ਹੋ ਗਿਆ ਕਿ ਕਿਸਾਨੀ ਪਰਿਵਾਰ ਨਾਲ ਜੁੜੀ ਹੋਈ ਆਮ ਲੜਕੀ ਹੈ, ਦੂਜਾ ਇਹ ਸੀ ਕਿ ਕਿਉਂਕਿ ਮੇਰਾ ਵਕਾਲਤ ਦਾ ਮੇਰਾ ਬੈਕਗਰਾਊਂਡ ਹੀ ਰਿਹਾ, ਮੈਂ 1996 ਤੋਂ ਲੈ ਕੇ ਤਕਰੀਬਨ 2012 ਤੱਕ ਮੈਂ ਰੈਗੂਲਰ ਪ੍ਰੈਕਟਿਸ ਵੀ ਕਰਦੀ ਹਾਂ, ਭਾਵੇਂ ਪੋਲੀਟੀਕਲ ਸਰਗਰਮੀਆਂ ਵੀ ਹੁੰਦੀਆਂ ਸੀ, ਪਰ ਮੈਂ ਆਪਣੀ ਰੋਜ਼ੀ ਰੋਟੀ ਨੂੰ, ਇੱਕ ਵਕਾਲਤ ਨੂੰ ਆਪਣਾ ਰੋਜ਼ੀ ਰੋਟੀ ਸਮਝ ਕੇ ਮੈਂ ਉੱਥੇ ਕੋਰਟ ਦੇ ਵਿੱਚ ਵੀ ਰੈਗੂਲਰ ਕੰਮ ਕੀਤਾ, ਔਰ ਔਰਤਾਂ ਦੇ ਮਸਲਿਆਂ ਨੂੰ ਹੀ, ਬੇਸਿਕਲੀ ਮੇਰਾ ਜਿਹੜਾ ਫੀਲਡ ਸੀ ਉਹ ਔਰਤਾਂ ਦੇ ਮਸਲਿਆਂ ਨਾਲ ਰਿਲੇਟਡ ਸੀ। ਸੋ ਬਾਦਲ ਸਾਹਿਬ ਦੇ ਦਿਮਾਗ 'ਚ ਇਹ ਵੀ ਗੱਲ ਸੀ ਕਿ ਔਰਤਾਂ ਦੇ ਮਸਲਿਆਂ ਨੂੰ ਜੇਕਰ ਇਹ ਡੀਲ ਕਰ ਰਹੀ ਹੈ, ਤਾਂ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਉਹਨਾਂ ਮਸਲਿਆਂ ਦੇ ਪ੍ਰਤੀ ਸੂਝਬੂਝ ਇਹਨੂੰ ਜ਼ਿਆਦਾ ਹੋਊਗੀ ਹੋਰ ਔਰਤਾਂ ਦੇ ਬਜਾਏ। ਅਤੇ ਇਸ ਕਰਕੇ ਮੈਂ ਸਮਝਦੀ ਹਾਂ ਕਿ ਮੇਰਾ ਇੱਕ ਵਕਾਲਤ ਵਾਲਾ ਜਿਹੜਾ ਬੈਕਗਰਾਊਂਡ ਹੈ, ਉਹ ਵੀ ਇਸ ਕੰਮ ਦੇ ਵਿੱਚ ਅਹੁਦਾ ਜਦੋਂ ਮੈਨੂੰ ਮਿਲਿਆ ਤਾਂ ਬਹੁਤ ਵੱਡਾ ਇੱਕ ਰੋਲ ਅਦਾ ਕੀਤਾ। ਔਰ ਮੈਂ ਸਮਝਦੀ ਹਾਂ ਕਿ ਕਿਉਂਕਿ ਜਿਹੜਾ ਕਮਿਸ਼ਨ ਹੈ, ਕੋਈ ਵੀ ਕਮਿਸ਼ਨ ਹੋਵੇ, ਚਾਹੇ ਵੁਮੈਨ ਕਮਿਸ਼ਨ ਦੀ ਗੱਲ ਕਰ ਲਈਏ, SC ਕਮਿਸ਼ਨ ਦੀ, ਹਿਊਮਨ ਰਾਈਟਸ ਕਮਿਸ਼ਨ ਦੀ ਗੱਲ ਕਰ ਲਈਏ, ਕਮਿਸ਼ਨਸ ਦਾ ਕੰਮ ਕੋਰਟ ਵਾਂਗੂ ਹੀ ਹੁੰਦਾ, ਕਿਉਂਕਿ ਸਾਨੂੰ ਸਿਵਲ ਕੋਰਟ ਦੀਆਂ ਪਾਵਰਸ ਸਾਨੂੰ ਮਿਲੀਆਂ ਹੁੰਦੀਆਂ ਨੇ। ਅਤੇ ਜੇਕਰ ਕੋਈ ਥੋੜ੍ਹਾ ਜਿਹਾ ਕਾਨੂੰਨੀ ਸੂਝਬੂਝ ਵੀ ਰੱਖਦਾ ਹੋਵੇ, ਤਾਂ ਇਸ ਕਮਿਸ਼ਨ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਉਹ ਚਲਾ ਸਕਦਾ। ਔਰ ਮੈਨੂੰ ਲੱਗਦਾ ਹੈ ਕਿ ਮੈਂ, ਮੇਰੀ ਜਿਹੜੀ 5 ਸਾਲਾਂ ਦੀ ਮੇਰੀ ਜਿਹੜੀ ਟਰਮ ਰਹੀ ਹੈ, ਤਾਂ ਮੈਂ ਪਿਛਲੇ ਜੋ ਸਾਡੇ ਕੰਮਕਾਰ ਹੋਏ ਨੇ, ਮੈਂ ਕਮਿਸ਼ਨ ਨੂੰ ਲੋਕਾਂ ਤੱਕ ਲਿਜਾਣ 'ਚ ਬੇਸ਼ੱਕ ਜ਼ਿਆਦਾ ਨਹੀਂ ਤਾਂ ਬਹੁਤ ਵੱਡੇ ਪੱਧਰ 'ਤੇ ਮੈਂ ਲੋਕਾਂ ਤੱਕ ਜਾਣ ਪਛਾਣ ਕਰਵਾਉਣ ਦੀ, ਕਿ ਕਮਿਸ਼ਨ ਵੀ ਕੋਈ ਚੀਜ਼ ਹੈ ਜਿਹੜਾ ਔਰਤਾਂ ਦੇ ਦੁੱਖ ਦਰਦ ਸਮਝਦਾ ਵੀ ਹੈ, ਉਹਨਾਂ ਨੂੰ ਸੁਣਦਾ ਵੀ, ਉਹਨਾਂ ਦੇ ਹੱਲ ਵੀ ਕਰਦਾ ਹੈ। ਕਮਿਸ਼ਨ ਨੂੰ ਲੋਕਾਂ ਤੱਕ ਲਿਜਾਣ ਦੇ ਵਿੱਚ ਮੈਂ ਕਾਫੀ ਜ਼ਿਆਦਾ ਮਿਹਨਤ ਕੀਤੀ ਹੈ, ਔਰ ਇਹਦੇ ਵਾਸਤੇ ਕੋਸ਼ਿਸ਼ ਕੀਤੀ ਹੈ ਕਿ ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਕਿ ਬਿਲਕੁਲ ਬਾਰਡਰ ਆਪਣੇ ਪੰਜਾਬ ਦੇ ਨਾਲ ਪਾਕਿਸਤਾਨ ਦਾ ਬਾਰਡਰ ਲੱਗਦਾ, ਔਰ 6 ਜ਼ਿਲ੍ਹੇ ਨੇ ਜਿਹੜੇ ਸਾਡੇ ਬਾਰਡਰ ਦੇ ਨਾਲ ਲੱਗਦੇ ਨੇ ਜੀ, ਅਤੇ ਉਹਨਾਂ 'ਤੇ ਮੈਂ ਮੇਨ ਫੋਕਸ ਕੀਤਾ, ਕਿਉਂਕਿ ਉਹ ਏਰੀਆ ਜਾ ਕੇ ਜਦੋਂ ਬਿਲਕੁਲ ਅਸੀਂ ਬਾਰਡਰ 'ਤੇ ਪਹੁੰਚਦੇ ਸੀ ਤਾਂ ਲੱਗਦਾ ਸੀ ਕਿ ਇੱਥੇ ਤਾਂ ਹਾਲੇ ਤੱਕ ਸ਼ਾਇਦ ਸਰਕਾਰ ਕੋਈ ਪਹੁੰਚੀ ਨਹੀਂ ਹੈਗੀ, ਅਤੇ ਉਹਨਾਂ ਲੋਕਾਂ ਤੱਕ ਵੀ ਅਪਰੋਚ ਕੀਤਾ। ਉੱਥੇ ਜਾ ਕੇ ਅਸੀਂ ਕਮਿਸ਼ਨ ਵੱਲੋਂ ਕੈਂਪ ਲਾਏ, ਅਤੇ ਬਹੁਤ ਸਾਰੀਆਂ ਔਰਤਾਂ ਇਹ ਗੱਲ ਮਹਿਸੂਸ ਕਰ ਰਹੀਆਂ ਸੀ ਕਿ ਸਾਨੂੰ ਛੋਟੇ ਛੋਟੇ ਅਫਸਰਾਂ ਦੇ ਦਰਸ਼ਨ ਕਰਨ ਨੂੰ ਵੀ ਬਹੁਤ ਟਾਈਮ ਲੱਗਦਾ ਹੈ, ਸਾਨੂੰ ਟਾਈਮ ਨਹੀਂ ਮਿਲਦਾ, ਪਰ ਤੁਸੀਂ ਐਡੀ ਦੂਰੋਂ ਆ ਕੇ ਸਾਡੀਆਂ ਦੁੱਖ ਤਕਲੀਫਾਂ ਸੁਣੀਆਂ, ਤਾਂ ਉਹਨਾਂ ਨੂੰ ਬਹੁਤ ਵਧੀਆ ਮਹਿਸੂਸ ਹੋਇਆ। ਔਰ ਉਸ ਤੋਂ ਬਾਅਦ ਸਾਡੇ ਕੋਲ ਉਸ ਏਰੀਆਜ਼ ਤੋਂ ਕੇਸਾਂ ਦੀ ਗਿਣਤੀ, ਸ਼ਿਕਾਇਤਾਂ ਦੀ ਗਿਣਤੀ ਵੀ ਵਧੀ ਹੈ। ਸੋ ਕੋਸ਼ਿਸ਼ ਕੀਤੀ ਹੈ ਕਿ ਕਮਿਸ਼ਨ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਪਤਾ ਲੱਗੇ, ਅਤੇ ਕਿਉਂਕਿ ਪੜ੍ਹੇ ਲੋਕ ਲਿਖੇ ਲੋਕ ਨੇ ਜਿਹੜੇ ਉਹ ਕਮਿਸ਼ਨ ਬਾਰੇ ਜਾਣਦੇ ਨੇ, ਪਰ ਹੇਠਲੇ ਪੱਧਰ 'ਤੇ ਜਿਹੜੇ ਲੋਕਾਂ ਤੱਕ ਹਲੇ ਬਹੁਤਾ ਗਿਆਨ ਨਹੀਂ ਪਹੁੰਚਿਆ,
ਖਾਸ ਕਰਕੇ ਰੂਰਲ ਏਰੀਆਜ਼ ਦੀ ਆਪਾਂ ਗੱਲ ਕਰ ਲਈਏ, ਉਹਨਾਂ ਲੋਕਾਂ ਤੱਕ ਵੀ ਅਸੀਂ ਕਮਿਸ਼ਨ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਔਰ ਉਹਦੇ 'ਚ ਅਸੀਂ ਕਾਫੀ ਹੱਦ ਤੱਕ ਕਾਮਯਾਬ ਵੀ ਹੋਏ। ਬਿਲਕੁਲ ਸਹੀ ਗੱਲ ਆ, ਬਹੁਤੀ ਵਾਰ ਤਾਂ ਕਈ ਕਾਨੂੰਨ ਜਾਂ ਕਈ ਇੱਦਾਂ ਦੇ ਕਮਿਸ਼ਨ ਬਣਦੇ ਨੇ ਜਿਹੜੇ ਆਮ ਲੋਕਾਂ ਤੱਕ ਉਹਨਾਂ ਦੀ ਜਿਹੜੀ ਗੱਲ ਆ ਜਾਂ ਜਾਣਕਾਰੀ ਪਹੁੰਚਦੀ ਨਹੀਂ ਹੈਗੀ ਕਿ ਉਹਨਾਂ ਦੇ ਹੱਕਾਂ ਦੇ ਲਈ, ਰੱਖ ਰਖਾਵ ਦੇ ਲਈ ਜਿਹੜੇ ਇੱਦਾਂ ਦੇ ਕਮਿਸ਼ਨ ਵੀ ਬਣਾਏ ਗਏ ਨੇ। ਜਦੋਂ ਤੁਸੀਂ ਇਸ ਅਹੁਦੇ 'ਤੇ ਆਏ, ਬਹੁਤ ਸਾਰੇ ਲੋਕਾਂ ਨੂੰ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਤੱਕ ਤੁਸੀਂ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ, ਉੱਥੇ ਵੀ ਪਹੁੰਚ ਕੀਤੀ ਜਿੱਥੇ ਹਾਲੇ ਲੋਕ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝੇ ਨੇ, ਸੋ ਉੱਥੇ ਤੱਕ ਵੀ ਤੁਹਾਡਾ ਕਮਿਸ਼ਨ ਪਹੁੰਚਿਆ। ਅਤੇ ਕਿਹੜੇ ਕਿਹੜੇ ਕਿਸ ਤਰੀਕੇ ਦੇ ਕੇਸਿਸ ਜਾਂ ਫਿਰ ਔਰਤਾਂ ਵੱਲੋਂ ਸ਼ਿਕਾਇਤਾਂ ਨੇ ਜਿਹੜੀਆਂ ਤੁਹਾਨੂੰ ਵੇਖਣ ਨੂੰ ਮਿਲੀਆਂ ਜਾਂ ਦਰਪੇਸ਼ ਆਈਆਂ, ਹੈ ਨਾ? ਕਿਉਂਕਿ ਜ਼ਮੀਨੀ ਹਕੀਕਤ ਕੁਝ ਹੋਰ ਹੁੰਦੀ ਹੈ। ਜਦੋਂ ਅਸੀਂ ਰਿਪੋਰਟਾਂ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਉਤਲੀ ਉਤਲੀਆਂ ਜਿਹੜੀਆਂ ਰਿਪੋਰਟਾਂ ਹੁੰਦੀਆਂ ਨੇ ਕਿ ਮੋਲੈਸਟੇਸ਼ਨ ਦੇ ਕੇਸ ਨੇ ਜਾਂ ਡੋਮੈਸਟਿਕ ਵਾਇਲੈਂਸ ਦੇ ਕੇਸ ਨੇਗੇ, ਈਵ ਟੀਜ਼ਿੰਗ ਦੇ ਕੇਸ ਹੋ ਗਏ, ਹੈ ਨਾ, ਜਾਂ ਡਿਸਕ੍ਰਿਮੀਨੇਸ਼ਨ ਦੇ ਕੇਸਿਸ ਹੋ ਗਏ, ਇਹ ਕੇਸਿਸ ਹੁੰਦੇ ਨੇ। ਪਰ ਤੁਸੀਂ ਜ਼ਮੀਨੀ ਹਕੀਕਤ ਨੂੰ ਵੀ ਜਾਣਿਆ ਹੋਊਗਾ, ਕਿੱਦਾਂ ਦੇ ਕੇਸਿਸ ਨੇ ਜਿਹੜੇ ਤੁਹਾਡੇ ਸਾਹਮਣੇ ਆਏ ਨੇ ਇਹਨਾਂ ਸਾਲਾਂ ਦੌਰਾਨ? ਦੇਖੋ, ਮੁੱਢਲੇ ਰੂਪ ਦੇ ਵਿੱਚ ਜਦੋਂ ਕੇਸ ਇੱਕ ਲਿਖਤੀ ਰੂਪ ਦੇ ਵਿੱਚ ਆਉਂਦਾ ਹੈ, ਚਾਹੇ ਉਹ ਸਾਡੇ ਕਮਿਸ਼ਨ ਕੋਲ ਆਵੇ, ਚਾਹੇ ਕੋਰਟਸ 'ਚ ਜਾਵੇ, ਜਾਂ ਪੁਲਿਸ ਪੱਧਰ 'ਤੇ ਕੋਈ ਇਹ ਜਾਂ ਹੋਰ ਪਲੇਟਫਾਰਮ ਨੇ ਜਿਹੜੇ ਬਣੇ ਹੋਏ ਨੇ, ਤਾਂ ਇੱਕ ਸਟੀਰੀਓਟਾਈਪ ਜਿਹੜਾ ਇੱਕ ਬਣਿਆ ਹੁੰਦਾ ਕਿ ਹਰ ਇੱਕ ਕੋਈ ਵੀ ਕੰਪਲੇਂਟ, ਚਾਹੇ ਕਾਰਨ ਕੋਈ ਵੀ ਹੋਵੇ, ਡੋਮੈਸਟਿਕ ਵਾਇਲੈਂਸ ਦੀ ਆਪਾਂ ਗੱਲ ਕਰਦੇ ਹਾਂ, ਤਾਂ ਡੋਮੈਸਟਿਕ ਵਾਇਲੈਂਸ ਦਾ ਜਦੋਂ ਕੋਈ ਕੰਪਲੇਂਟ ਕਰਨੀ ਹੈ, ਤਾਂ ਉਹਦੇ 'ਚ ਆਮ ਤੌਰ 'ਤੇ ਜਦੋਂ ਬੰਦਾ ਕੰਪਲੇਂਟ ਤਿਆਰ ਕਰਨ ਜਾਂਦਾ ਹੈ, ਤਾਂ ਉਹ ਉਹਦਾ ਰੂਪ ਹੈ ਜਿਹੜਾ ਡੋਰੀ ਦਾ ਬਣਾ ਦਿੰਦੇ ਹੈ ਕਿ ਦਾਜ ਦਹੇਜ ਘੱਟ ਲਿਆਉਣ ਕਰਕੇ ਮਾਰਪਿੱਟ ਹੁੰਦੀ ਹੈ ਜਾਂ ਹੋਰ ਕੋਈ ਕਾਰਨ ਹੁੰਦੇ ਨੇ। ਪਰ ਜਦੋਂ ਅਸੀਂ ਡੂੰਘਾਈ ਨਾਲ ਉਹਨਾਂ ਚੀਜ਼ਾਂ ਦੀ ਅਸੀਂ ਇਨਵੈਸਟੀਗੇਸ਼ਨ ਕਰਦੇ ਸੀ, ਤਾਂ ਲੱਗਦਾ ਸੀ ਕਿ ਜਿਹੜਾ ਡੋਰੀ ਵਾਲਾ, ਕਿਉਂਕਿ ਇੱਕ ਕਾਨੂੰਨ ਬਣ ਗਿਆ, ਲੋਕ ਉਸਦਾ ਲਾਹਾ ਲੈਣਾ ਚਾਹੁੰਦੇ ਹੈ। ਪਰ ਮੈਨੂੰ ਇਹ ਕਹਿਣ 'ਚ ਵੀ ਗੁਰੇਜ਼ ਨਹੀਂ ਕਿ ਜਿਹੜਾ ਇਹ 498 ਇਹ ਜੋ ਸੈਕਸ਼ਨ ਹੈ IPC ਦਾ, ਜਿਹੜਾ ਡੋਰੀ ਦੇ ਨਾਲ ਰਿਲੇਟਡ ਹੈ ਕਿ ਜੇਕਰ ਕੋਈ ਡੋਰੀ ਮੰਗਦਾ ਹੈ, ਕਰੂਲਟੀ ਕਰਦਾ ਹੈ, ਤਾਂ ਉਹਨੂੰ ਆਪਾਂ ਕਾਨੂੰਨ ਦੇ ਦਾਇਰੇ 'ਚ ਕਿਵੇਂ ਲਿਆਉਣਾ, ਉਸ ਚੀਜ਼ ਦਾ ਮਿਸਯੂਜ਼ ਵੀ ਬਹੁਤ ਜ਼ਿਆਦਾ ਹੋ ਰਿਹਾ ਜੀ। ਅਤੇ ਕਾਰਨ ਇਹੀ ਹੈ ਕਿ ਬਹੁਤ ਸਾਰੀਆਂ ਔਰਤਾਂ ਨੂੰ ਸਿਰਫ ਇੱਕ ਦੋ ਕਾਨੂੰਨਾਂ ਦੀ ਸਮਝ ਲੱਗ ਗਈ, ਉਹ ਉਹਨਾਂ ਨੂੰ ਯੂਜ਼ ਕਰ ਰਹੇ ਨੇ, ਪਰ ਹੋਰ ਬਹੁਤ ਸਾਰੇ ਕਾਨੂੰਨ ਨੇ ਜਿਨ੍ਹਾਂ ਦਾ ਉਹ ਲਾਹਾ ਲੈ ਸਕਦੀਆਂ ਨੇ। ਅਤੇ ਜਦੋਂ ਅਸੀਂ ਡੂੰਘਾਈ ਨਾਲ ਉਹਨਾਂ ਚੀਜ਼ਾਂ ਦੀ ਇਨਵੈਸਟੀਗੇਸ਼ਨ ਕਰਦੇ ਸੀ, ਤਾਂ ਬਹੁਤ ਛੋਟੀਆਂ ਛੋਟੀਆਂ ਗੱਲਾਂ ਵੀ ਨਿਕਲਦੀਆਂ ਸੀ ਜਿਨ੍ਹਾਂ ਦੇ ਨਾਲ ਘਰੇਲੂ ਝਗੜੇ ਵੱਧ ਰਹੇ ਨੇ। ਖਾਸ ਕਰਕੇ ਅੱਜ ਕੱਲ੍ਹ ਦੇ ਹਾਲਾਤਾਂ ਦੀ ਜੇਕਰ ਗੱਲ ਕਰੀਏ, ਤਾਂ ਮੈਂ ਇਹ ਜ਼ਰੂਰ ਮਹਿਸੂਸ ਕੀਤਾ ਹੈ ਕਿ ਜਿਹੜੇ ਆਫਟਰ ਮੈਰਿਜ ਝਗੜੇ ਸ਼ੁਰੂ ਹੁੰਦੇ ਨੇ, ਉਹਨਾਂ 'ਚ ਬਹੁਤ ਵੱਡਾ ਕਾਰਨ ਇਹ ਵੀ ਹੈ ਕਿ ਹੁਣ ਨਿਊਕਲੀਅਰ ਫੈਮਲੀਜ਼ ਬਣ ਰਹੀਆਂ ਨੇ। ਪਹਿਲਾਂ ਜੁਆਇੰਟ ਫੈਮਲੀਜ਼ ਦੇ ਵਿੱਚ ਅਸੀਂ ਰਹਿੰਦੇ ਸੀ, ਲੜਕਾ ਹੋਵੇ ਭਾਵੇਂ ਲੜਕੀ, ਬੱਚਿਆਂ ਨੂੰ ਇੱਕ ਸਬਰ ਸੰਦੋਖ ਵਾਲੀ ਜ਼ਿੰਦਗੀ ਜਿਉਣ ਦਾ ਉੱਥੇ ਚੱਜ ਅਚਾਰ ਸਾਨੂੰ ਉੱਥੋਂ ਮਿਲਦੇ ਸੀ। ਕਈ ਚੀਜ਼ਾਂ ਦੀ ਵਾਧ ਘਾਟ ਹੁੰਦੀ ਸੀ, ਪਰ ਥੋੜ੍ਹਾ ਇਹ ਹੁੰਦਾ ਸੀ ਕਿ ਜੇ ਚੀਜ਼ ਨਹੀਂ ਮਿਲੀ ਤਾਂ ਆਪਾਂ ਕਿਵੇਂ ਉਸ ਤੋਂ ਬਗੈਰ ਵੀ ਰਹਿ ਸਕਦੇ ਹਾਂ। ਪਰ ਹੁਣ ਲਾਈਫ ਸਟਾਈਲ ਐਵੇਂ ਦਾ ਹੋ ਗਿਆ ਕਿ ਛੋਟੇ ਪਰਿਵਾਰ ਨੇ, ਇੱਕ ਇੱਕ ਕੁੜੀ ਜਾਂ ਮੁੰਡਾ ਆ, ਨਿਊਕਲੀਅਰ ਫੈਮਲੀਜ਼ ਦੇ ਵਿੱਚ ਪੇਰੈਂਟਸ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚਿਆਂ ਨੂੰ ਪੂਰੀ ਸਹੂਲਤ ਦਿੱਤੀ ਜਾਵੇ, ਔਰ ਉਹ ਚੰਗੀ ਗੱਲ ਵੀ ਹੈ। ਪਰ ਉਹਦੇ ਨਾਲ ਇੱਕ ਗੱਲ ਇਹ ਹੋ ਗਈ ਕਿ ਕਿਤੇ ਨਾ ਕਿਤੇ ਪੇਸ਼ੈਂਸ ਲੈਵਲ ਹੈ ਜਿਹੜਾ, ਉਹ ਦੋਵੇਂ ਪੱਧਰ 'ਤੇ, ਮੈਂ ਇਹ ਨਹੀਂ ਕਹਾਂਗੀ ਕਿ ਆਮ ਤੌਰ 'ਤੇ ਕਹਿੰਦੇ ਵੀ ਕੁੜੀਆਂ ਦਾ ਪੇਸ਼ੈਂਸ ਲੈਵਲ ਘੱਟ ਗਿਆ, ਦੋਵੇਂ ਪੱਧਰ 'ਤੇ ਇਹ ਪੇਸ਼ੈਂਸ ਲੈਵਲ ਹੈ ਜਿਹੜਾ ਘਟਿਆ, ਜਿਹਦੇ ਨਾਲ ਇਹ ਹੁੰਦਾ ਕਿ ਇੱਕ ਛੋਟਾ ਜਿਹਾ ਤਕਰਾਰ, ਇੱਕ ਕਈ ਵਾਰ ਸਿੰਪਲ ਮਜ਼ਾਕ 'ਚ ਕੀਤੀ ਹੋਈ ਨੋਕ ਝੋਕ ਵੀ ਕਈ ਵਾਰ ਬਹੁਤ ਬੁਰਾ ਰੂਪ ਲੈ ਲੈਂਦੀ ਹੈ ਜੀ। ਸੋ ਉਹਨਾਂ ਚੀਜ਼ਾਂ ਉੱਥੇ ਫਿਰ ਪੇਸ਼ੈਂਸ ਲੈਵਲ ਹੁੰਦਾ ਕਿ ਜੇਕਰ ਇਹ ਚੀਜ਼ਾਂ ਨੂੰ ਥੋੜ੍ਹਾ ਜਿਹਾ ਖੁੱਲ੍ਹੇ ਮਨ ਦੇ ਨਾਲ ਸਵੀਕਾਰ ਕੀਤਾ ਜਾਵੇ ਤਾਂ ਉਹ ਗੱਲ ਬਹੁਤ ਹੀ ਵੱਡੀ ਨਹੀਂ ਹੁੰਦੀ। ਪਰ ਜਦੋਂ ਅਸੀਂ ਜੇਕਰ ਸੰਕੀਰਨ ਸੋਚ ਦੇ ਨਾਲ ਉਸ ਚੀਜ਼ ਨੂੰ ਲਵਾਂਗੇ, ਤਾਂ ਉਹ ਕਈ ਵਾਰ ਇੱਕ ਛੋਟਾ ਜਿਹਾ ਮਜ਼ਾਕ ਵੀ ਤੁਹਾਨੂੰ ਚੁੱਭਦਾ ਹੈ। ਸੋ ਇਹ ਕੁਛ ਚੀਜ਼ਾਂ ਨੇ ਜਿੱਥੇ ਮੈਂ ਮਹਿਸੂਸ ਕਰਦੀ ਹਾਂ ਕਿ ਸਾਡੀਆਂ ਮੋਰਲ ਵੈਲਿਊਜ਼, ਖਾਸ ਕਰਕੇ ਫੈਮਿਲੀ ਵੈਲਿਊਜ਼ ਨੇ ਜਿਹੜੀਆਂ, ਉਹਨਾਂ ਦੇ ਵਿੱਚ ਨਿਘਾਰ ਆਇਆ, ਜਿਹਦੇ ਵਾਸਤੇ ਆਪਾਂ ਇਕੱਲੇ ਕਾਨੂੰਨਾਂ ਨੂੰ ਦੋਸ਼ੀ ਨਾ ਦਈਏ ਸਰਕਾਰਾਂ ਨੂੰ, ਉਹਦੇ ਵਿੱਚ ਅਸੀਂ ਆਪ ਵੀ ਸਮਾਜਿਕ ਪੱਧਰ 'ਤੇ, ਅਸੀਂ ਸਾਰੇ ਪੇਰੈਂਟਸ ਦੇ ਤੌਰ 'ਤੇ ਕਹਿ ਲਓ, ਜਾਂ ਦੂਜੇ ਰਿਸ਼ਤੇ ਨੇ, ਚਾਚੇ ਚਾਚੀਆਂ ਦੇ, ਤਾਏ ਤਾਈਆਂ ਦੇ, ਉਹਨਾਂ ਰਿਸ਼ਤਿਆਂ ਦੇ ਵਿੱਚ ਸਾਡੀਆਂ ਵੈਲਿਊਜ਼ ਕਿਤੇ ਨਾ ਕਿਤੇ ਘਟੀਆਂ ਨੇ, ਜਿਹਦੀ ਅਸੀਂ ਅੱਖਾਂ ਮੀਚ ਰਹੇ ਹਾਂ, ਹਾਲੇ ਤੱਕ ਵੀ ਅਸੀਂ ਉਹ ਮੰਨਣ ਨੂੰ ਤਿਆਰ ਨਹੀਂ ਕਿ ਕਿਤੇ ਸਾਡਾ ਵੀ ਕਸੂਰ ਹੈ, ਸਾਨੂੰ ਉਹਨਾਂ ਚੀਜ਼ਾਂ ਵੱਲ ਮੁੜ ਕੇ ਪਰਤਣਾ ਪੈਣਾ। ਸੋ ਇਹ ਜਿਹੜੀਆਂ ਵਾਇਲੈਂਸ ਅਗੇਂਸਟ ਵੂਮਨ ਜੋ ਵੀ ਹੋ ਰਹੀ ਹੈ, ਇਹਦੇ 'ਚ ਬਹੁਤ ਵੱਡੀ ਗੱਲ ਮੈਂ ਇਹ ਸਮਝਦੀ ਹਾਂ ਕਿ ਕਿਤੇ ਨਾ ਕਿਤੇ ਮੋਰਲ ਵੈਲਿਊਜ਼ ਦੀ ਘਾਟ ਹੈ, ਉਹ ਸਾਨੂੰ ਉਹਦੇ ਵੱਲ ਬਹੁਤ ਜ਼ਿਆਦਾ ਗੰਭੀਰਤਾ ਦੇ ਨਾਲ ਸੋਚਣਾ ਪੈਣਾ। ਸੋ ਇਹੋ ਜਿਹੇ ਕੇਸਿਸ ਨੇ, ਜਾਂ ਫਿਰ ਅੱਜ ਕੱਲ੍ਹ ਜਿਵੇਂ ਯੂਨੀਕ ਕੇਸਿਸ ਵੀ ਕਾਫੀ ਆਏ ਨੇ, ਜਿਵੇਂ ਜੇ ਆਪਾਂ ਹੁਣ ਗੱਲ ਕਰੀਏ ਤਾਂ ਲਿਵ ਇਨ ਰਿਲੇਸ਼ਨਸ਼ਿਪ ਦੀ ਆਪਾਂ ਗੱਲ ਕਰਦੇ ਹਾਂ, ਉਹ ਆਮ ਤੌਰ 'ਤੇ ਇਹ ਇੱਕ ਹੈਗਾ ਕਿ ਸ਼ਾਇਦ ਵੱਡੇ ਸ਼ਹਿਰਾਂ ਦੇ ਵਿੱਚ ਇਹ ਚੀਜ਼ ਹੈ, ਪਰ ਹੁਣ ਹੈਰਾਨੀ ਹੁੰਦੀ ਸੀ ਕਿ ਕਈ ਅਨਪੜ੍ਹ, ਬਹੁਤੇ ਪੜ੍ਹੇ ਲਿਖੇ ਨਹੀਂ, ਅਧਪੜ੍ਹ ਕਹਿ ਸਕਦੇ ਹਾਂ ਆਪਾਂ, ਉਹ ਵੱਡੀ ਉਮਰ ਦੇ ਵੀ, ਮਤਲਬ ਅਨਪੜ੍ਹ ਲੋਕ ਆ, ਅੱਧੀ ਉਮਰ ਦੇ ਲੋਕ ਆ, ਉਹ ਵੀ ਲਿਵ ਇਨ ਰਿਲੇਸ਼ਨਸ਼ਿਪ ਦੇ ਕੇਸਿਸ ਮੇਰੇ ਕੋਲ ਬਹੁਤ ਸਾਰੇ ਆਏ ਨੇ ਜੀ। ਅਤੇ ਉਹ ਫਿਰ ਬੜਾ ਸ਼ੌਕਿੰਗ ਵੀ ਹੈ, ਖਾਸ ਕਰਕੇ ਪੰਜਾਬੀ ਕਲਚਰ ਦੇ ਨਾਲ ਆਪਾਂ ਜੇਕਰ ਇਹਨੂੰ ਆਪਾਂ ਆਧੁਨਿਕਤਾ ਦੇ ਨਾਲ ਵੀ ਜੋੜੀਏ ਤਾਂ, ਪਰ ਕਿਤੇ ਨਾ ਕਿਤੇ ਸਾਡਾ
ਉਹਦੇ ਨਾਲ ਨਾਲ ਆਪਣਾ ਕਲਚਰ ਵੀ ਸਹੀ ਤਰੀਕੇ ਨਾਲ ਚੱਲਦਾ ਰਹੇ, ਕਿਉਂਕਿ ਬਹੁਤ ਅਮੀਰ ਕਲਚਰ ਹੈ। ਜੇ ਆਪਾਂ ਕਹੀਏ ਨਾ ਕਿ ਆਪਾਂ ਪੱਛਮੀ ਸੱਭਿਅਤਾ ਦੇ ਮਗਰ ਲੱਗ ਕੇ ਅਸੀਂ ਆਪਣੇ ਕਲਚਰ ਨੂੰ ਅਸੀਂ ਨੀਵਾਂ ਕਰਕੇ ਦੇਖੀਏ, ਸਾਡਾ ਕਲਚਰ ਅਸੀਂ ਉਹਨਾਂ ਤੋਂ ਕਿਤੇ ਉੱਤੇ ਹਾਂ ਜੀ, ਪਰ ਅਸੀਂ ਗਲਤ ਗੱਲਾਂ ਜਿਹੜੀਆਂ ਉਹ ਛੇਤੀ ਅਡੋਪਟ ਕਰਦੇ ਹਾਂ। ਉਹੋ ਜਿਹੇ ਕੇਸਿਸ ਵੀ ਮੇਰੇ ਕੋਲ ਆਏ ਨੇ, ਜਾਂ ਲੈਸਬੀਅਨਸ ਦੇ ਕੇਸਿਸ ਮੇਰੇ ਕੋਲ ਆਏ ਨੇ ਕਈ, ਅਤੇ ਖਾਸ ਕਰਕੇ ਜੇਕਰ ਮੈਂ ਗੱਲ ਕਰਾਂ ਜਿਵੇਂ ਲੜਕੀਆਂ ਨੂੰ ਆਪਾਂ ਬਹੁਤ ਵੱਡੇ ਮੌਕੇ ਦੇ ਰਹੇ ਹਾਂ ਹੁਣ, ਜੀ ਸਿਸਟਮ ਹੋ ਗਿਆ, ਖਾਸ ਕਰਕੇ ਮੋਹਾਲੀ ਚੰਡੀਗੜ੍ਹ ਜਾਂ ਵੱਡੇ ਸ਼ਹਿਰਾਂ ਦੀ ਗੱਲ ਕਰ ਲਈਏ, ਆਈਲੈਟਸ ਕਰਕੇ ਕੁੜੀਆਂ ਜਾਂਦੀਆਂ ਨੇ ਜਾਂ ਹੋਰ, ਉੱਥੇ ਵੀ ਬਹੁਤ ਸਾਰਾ ਕ੍ਰਾਈਮ, ਚਾਹੇ ਉਹ ਅਣਜਾਣਤਾ ਦੇ ਕਾਰਨ ਹੋ ਸਕਦਾ ਹੈ, ਉਸ ਤਰ੍ਹਾਂ ਦੇ ਕੇਸਿਸ ਵੀ ਮੇਰੇ ਕੋਲ ਕਾਫੀ ਆਏ ਨੇ ਜਿੱਥੇ ਲੜਕੀਆਂ ਨਾਲ ਧੋਖੇ ਹੋਏ ਨੇ, ਜਾਂ ਕਿਤੇ ਨਾ ਕਿਤੇ ਲੜਕੀਆਂ ਵੀ ਆਪਣੀ ਮਰਜ਼ੀ ਦੇ ਨਾਲ ਪਹਿਲਾਂ ਰਹਿੰਦੀਆਂ ਰਹੀਆਂ ਨੇ, ਜਾਂ ਉਸ ਤੋਂ ਬਾਅਦ ਉਹ ਜੋ ਵੀ ਆਊਟਪੁੱਟ ਜੋ ਨਿਕਲਦਾ ਇਹਨਾਂ ਰਿਸ਼ਤਿਆਂ ਦਾ, ਆਪਾਂ ਨੂੰ ਪਤਾ ਹੈ ਕਿ ਬਹੁਤਾ ਵਧੀਆ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੇ ਬਹੁਤ ਸਾਰੀਆਂ ਸਮਾਜਿਕ ਤਾਣੇ ਬਾਣੇ ਦੀਆਂ ਨਵੀਆਂ ਪਰਤਾਂ ਜਿਹੜੀਆਂ ਸਾਡੇ ਕੋਲ ਖੁੱਲ੍ਹੀਆਂ ਨੇ, ਜਿਨ੍ਹਾਂ 'ਤੇ ਬਹੁਤ ਜ਼ਿਆਦਾ ਮੈਂ ਸਮਝਦੀ ਹਾਂ ਕਿ ਨਵੇਂ ਸਿਰੇ ਤੋਂ ਵਿਚਾਰਨ ਦੀ ਲੋੜ ਹੈ ਜੀ। ਅਤੇ ਇਹਨਾਂ ਮਸਲਿਆਂ ਨੂੰ ਫਿਰ ਤੁਹਾਡੀ ਕਮਿਸ਼ਨ ਵੱਲੋਂ ਕਿਵੇਂ ਦੇਖਿਆ ਜਾਂਦਾ? ਤੁਸੀਂ ਉਹਨਾਂ ਦੀਆਂ ਸ਼ਿਕਾਇਤਾਂ ਸੁਣਦੇ ਹੋ, ਜਾਂ ਫਿਰ ਦੋਨਾਂ ਧਿਰਾਂ 'ਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰਦੇ ਹੋ, ਜਾਂ ਫਿਰ ਉਹਦੇ ਕੀ ਸਿੱਟੇ ਕੀ ਰਹਿੰਦੇ ਨੇ ਗੇ ਉਹਨਾਂ ਦੇ? ਸਿੱਟੇ ਦੇਖੋ, ਮੇਨ ਸਾਡੇ ਕੋਲ ਜਿਵੇਂ ਦੋ ਤਰ੍ਹਾਂ ਦੇ ਕੇਸਿਸ ਆਉਂਦੇ ਨੇ, ਅਸੀਂ ਉਹਨਾਂ ਨੂੰ ਇਹ ਦੇਖਦੇ ਸੀ, ਅਸੀਂ ਸੈਗਰੀਗੇਟ ਕਰਨ ਦੀ ਲੋੜ ਹੈ ਕਿ ਕੁਛ ਕੇਸਿਸ ਨੇ ਜਿਹੜੀਆਂ ਜਿਹੜੇ ਸਿਰਫ ਕੁਛ ਗਲਤ ਫਹਿਮੀਆਂ ਤੋਂ ਨਿਕਲੇ ਹੁੰਦੇ ਨੇ, ਜਾਂ ਜਿਹਨਾਂ ਕੇਸਾਂ 'ਚ ਬੇਸ਼ੱਕ ਥੋੜ੍ਹਾ ਜਿਹਾ ਐਂਟੀ ਦੀ ਲਾਅ ਵੀ ਉਹ ਕੇਸਿਸ ਹੁੰਦੇ ਸੀ, ਪਰ ਜੇਕਰ ਉਹਨਾਂ ਨੂੰ ਬੈਠ ਕੇ ਮੀਡੀਏਸ਼ਨ ਕਰਕੇ ਕਾਉਂਸਲਿੰਗ ਕਰਕੇ ਸਮਝਾਇਆ ਜਾਵੇ ਤਾਂ ਪਰਿਵਾਰ ਬਚਦੇ ਨੇ, ਜਾਂ ਰਿਸ਼ਤੇ ਬਚਦੇ ਨੇ। ਕਾਫੀ ਕੇਸਿਸ ਇਹੋ ਜਿਹੇ ਹੁੰਦੇ ਸੀ ਜਿੱਥੇ ਜਿਹੜੀਆਂ ਸ਼ਿਕਾਇਤਾਂ ਸਾਡੇ ਕੋਲ ਆਉਂਦੀਆਂ ਸੀ ਪਰ ਉਹ ਉੱਥੇ ਸਮਝੌਤਾ ਨਾ ਹੋਣ ਯੋਗ ਹੁੰਦਾ ਸੀ, ਜਿਵੇਂ ਕੋਈ ਰੇਪ ਵਿਕਟਮ ਹੈ, ਹੁਣ ਰੇਪ ਵਿਕਟਮ ਜਾਂ ਕੋਈ ਕੋਈ ਛੇੜਛਾੜ ਦਾ ਕੇਸ ਆ ਗਿਆ ਤਾਂ ਉੱਥੇ ਮੇਰੀ ਆਪ ਦੀ ਸੋਚ ਹੁੰਦੀ ਸੀ ਕਿ ਇਹਨਾਂ ਕੇਸਾਂ ਦੇ ਵਿੱਚ ਸਮਝੌਤਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇਕਰ ਸਮਝੌਤੇ ਹੁੰਦੇ ਨੇ ਤਾਂ ਉਹ ਗਲਤ ਪਿਰਤ ਸਮਾਜ ਦੇ ਸਾਹਮਣੇ ਆਉਂਦੀ ਹੈ, ਤਾਂ ਉਹ ਕੇਸਿਸ ਹੈ ਫਿਰ ਅਸੀਂ ਪੁਲਿਸ ਨੂੰ ਰੈਫਰ ਕਰਦੇ ਸੀ, ਜਾਂ ਕ੍ਰਾਈਮ ਬ੍ਰਾਂਚ ਨੂੰ ਰੈਫਰ ਕਰਕੇ ਉਹਨਾਂ ਤੋਂ ਅਸੀਂ ਰਿਪੋਰਟਸ ਲੈਂਦੇ ਸੀ ਕਿ ਜੇਕਰ ਇਹਨਾਂ 'ਚ ਕਾਰਵਾਈ ਨਹੀਂ ਹੋਈ ਤਾਂ ਕਾਰਵਾਈ ਕਰਕੇ ਸਾਨੂੰ ਰਿਪੋਰਟ ਦਿੱਤੀ ਜਾਵੇ। ਸੋ ਜਿਹੜੇ ਕੇਸਿਸ ਕਾਨੂੰਨ ਦੇ ਅਨੁਸਾਰ ਡੀਲ ਹੋਣੇ ਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਉਸ ਤਰੀਕੇ ਨਾਲ ਡੀਲ ਕਰਦੇ ਸੀ, ਅਤੇ ਜਿਹੜੇ ਕਾਉਂਸਲਿੰਗ ਵਾਲੇ ਕੇਸ ਹੁੰਦੇ ਸੀ ਉੱਥੇ ਪੂਰਾ ਜ਼ੋਰ ਲਾਇਆ ਜਾਂਦਾ ਸੀ ਕਿ ਇੱਕ ਛੋਟੀਆਂ ਛੋਟੀਆਂ ਗੱਲਾਂ ਤੋਂ ਕੋਈ ਪਰਿਵਾਰ ਨਾ ਵਿਖਰਨ, ਕਿਉਂਕਿ ਖਾਸ ਕਰਕੇ ਮੇਰਾ ਫੋਕਸ ਉੱਥੇ ਹੋਰ ਵੀ ਵੱਧਦਾ ਸੀ ਜਿੱਥੇ ਪਰਿਵਾਰਾਂ ਦੇ ਵਿੱਚ ਮੀਆਂ ਬੀਵੀ ਦੇ ਝਗੜੇ ਦੇ ਵਿੱਚ ਛੋਟੇ ਛੋਟੇ ਬੱਚੇ ਪੀਸੇ ਜਾਂਦੇ ਸੀ, ਉੱਥੇ ਜ਼ਰੂਰ ਕਈ ਵਾਰ ਹੁੰਦਾ ਸੀ ਕਿ ਸ਼ਾਇਦ ਲੜਕੀ ਨੂੰ ਮਨ ਮਾਰ ਕੇ ਰਹਿਣਾ ਪਊਗਾ ਜਾਂ ਬੰਦਾ ਕਿਤੇ ਸਮਝੌਤਾ ਕਰਦਾ, ਪਰ ਫਿਰ ਵੀ ਬੱਚਿਆਂ ਦੇ ਕਰਕੇ ਸਾਨੂੰ ਅਸੀਂ ਕਾਫੀ ਜ਼ੋਰ ਉਹਨਾਂ ਕੇਸਾਂ 'ਚ ਲਾਉਂਦੇ ਸੀ, ਕਿਉਂਕਿ ਹਲੇ ਵੀ ਜਿਹੜੀ ਪਰਿਵਾਰਿਕ ਕੜੀ ਹੈ ਸਾਡੇ ਸਮਾਜ ਦਾ ਅਹਿਮ ਹਿੱਸਾ ਹੈ, ਔਰ ਇਹਨੂੰ ਬਚਾਇਆ ਜਾਣਾ ਸਾਡੇ ਵਰਗੇ ਲੋਕਾਂ ਦਾ, ਸਾਡੀਆਂ ਵਰਗੀਆਂ ਸੰਸਥਾਵਾਂ ਦੀ ਇਹ ਮੈਂ ਕਹਿੰਦੀ ਹਾਂ ਜ਼ਿੰਮੇਵਾਰੀ ਬਣਦੀ ਹੈ ਕਿ ਪਰਿਵਾਰਾਂ ਨੂੰ ਵਿਖਰਨ ਤੋਂ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਬੱਚੇ। ਜੀ, ਇੱਕ ਸਮਾਜ ਹੈਗਾ ਜਿੱਥੇ ਕਲਪਨਾ ਚਾਵਲਾ ਵਰਗੀਆਂ ਕੁੜੀਆਂ ਨੇ ਉਹ ਪੁਲਾੜ 'ਤੇ ਪਹੁੰਚੀਆਂ ਨੇਗੀਆਂ, ਹੋਰ ਵੀ ਬਹੁਤ ਸਾਰੇ ਖੇਤਰ ਨੇ ਜਿੱਥੇ ਉਹ ਕਹਿ ਸਕਦੇ ਹਾਂ ਕਿ ਅੱਜ ਔਰਤਾਂ ਦਾ ਨਾਂ ਆ ਜਿਹੜਾ, ਜਾਂ ਔਰਤਾਂ ਨੂੰ ਦਰਜਾ ਵਾ ਉਹ ਜਿਹੜੇ ਪੁਰਸ਼ਾਂ ਦੇ ਮੁਕਾਬਲੇ ਉਨਾ ਹੀ ਦਿੱਤਾ ਜਾਂਦਾ ਹੈ, ਪਰ ਹਲੇ ਵੀ ਜੇ ਆਪਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਆਪਣੀ ਮੁੱਢਲੀ ਸਿੱਖਿਆ ਲੈਣ ਦੇ ਲਈ ਵੀ ਬੜੀ ਮੁਸ਼ਕਤ ਕਰ ਰਹੀਆਂ ਨੇ ਕਿ ਘਰੋਂ ਬਾਹਰ ਨਹੀਂ ਜਾਣਾ, ਜ਼ਮਾਨਾ ਠੀਕ ਨਹੀਂ ਹੈਗਾ। ਸੋ ਉੱਥੇ ਤੁਸੀਂ ਲੋਕਾਂ ਨੂੰ, ਕਿਉਂਕਿ ਵੁਮਨ ਕਮਿਸ਼ਨ ਦਾ ਮੈਨੂੰ ਲੱਗਦਾ ਕਿ ਲੋਕਾਂ ਦੇ ਮਸਲੇ ਸੁਲਝਾਉਣ ਦੇ ਨਾਲ ਤੁਹਾਡੀ ਇਹ ਵੀ ਕੋਸ਼ਿਸ਼ ਰਹਿੰਦੀ ਹੋਣੀ ਆ ਕਿ ਔਰਤਾਂ ਦਾ ਜਿਹੜਾ ਪੱਧਰ ਆ ਉਹਨੂੰ ਕਿਵੇਂ ਉੱਚਾ ਚੱਕਿਆ ਜਾਵੇ, ਲੋਕਾਂ ਦੀ ਸੋਚ ਆ ਜਿਹੜੀ ਔਰਤਾਂ ਦੇ ਲਈ ਜਾਂ ਫਿਰ ਸਮਾਜ ਦੇ ਲਈ ਕਿਵੇਂ ਬਦਲੀ ਜਾਵੇ, ਸੋ ਉਹਨਾਂ ਦੀ ਐਜੂਕੇਸ਼ਨ ਦੇ ਲਈ ਤੁਹਾਡੇ ਵੱਲੋਂ ਕੋਈ ਖਾਸ ਕੰਮ ਕੀਤੇ ਗਏ? ਦੇਖੋ, ਆਮ ਤੌਰ 'ਤੇ ਤਾਂ ਇਹ ਹੁੰਦਾ ਕਿ ਕਮਿਸ਼ਨ ਇੱਕ ਸਿਵਲ ਕੋਡ ਵਾਂਗੂ ਕੰਮ ਕਰਦਾ, ਉਹਦਾ ਕੋਡ ਵਾਂਗੂ ਹੀ ਕੰਮ ਹੁੰਦਾ, ਪਰ ਅਸੀਂ ਉਸ ਤੋਂ ਬਿਯੋਂਡ ਜਾ ਕੇ, ਕਿਉਂਕਿ ਅਸੀਂ ਸਮਾਜਿਕ ਜੀਵਨ 'ਚੋਂ ਨਿਕਲ ਕੇ ਆਏ ਸੀ, ਆ ਰਾਜਨੀਤਿਕ ਜੀਵਨ 'ਚੋਂ ਨਿਕਲ ਕੇ ਆਏ ਸੀ, ਅਸੀਂ ਸਮਝਦੇ ਸੀ ਕਿ ਕਾਨੂੰਨ ਦੇ ਨਾਲ ਹੀ ਸਾਰੀਆਂ ਚੀਜ਼ਾਂ ਠੀਕ ਨਹੀਂ ਹੋਣੀਆਂ, ਕਿਤੇ ਨਾ ਕਿਤੇ ਸਾਨੂੰ ਲੋਕਾਂ ਦਾ ਜਿਹੜਾ ਸੋਚ ਹੈ ਉਹਨੂੰ ਵੀ ਚੇਂਜ ਆਪਾਂ ਕਿੰਨੀ ਕੁ ਕਰ ਸਕਦੇ ਹਾਂ, ਕੋਸ਼ਿਸ਼ ਜ਼ਰੂਰ ਹੋਣੀ ਚਾਹੀਦੀ। ਸੋ ਉਹਦੇ ਵਾਸਤੇ ਅਸੀਂ ਨੈਸ਼ਨਲ ਲੈਵਲ ਦੇ ਸੈਮੀਨਾਰ ਪੰਜਾਬ 'ਚ ਕਰਵਾਏ ਨੇ, ਰੀਜਨਲ ਲੈਵਲ ਦੇ ਸੈਮੀਨਾਰ, ਖਾਸ ਕਰਕੇ NRI ਇਸ਼ੂ ਬਹੁਤ ਵੱਡਾ ਹੈ ਪੰਜਾਬ ਦੇ ਵਿੱਚ, ਉਸ ਵਿਸ਼ੇ ਨੂੰ ਅਸੀਂ ਬਹੁਤ ਜ਼ਿਆਦਾ ਟੱਚ ਕੀਤਾ ਹੈ, ਡੋਮੈਸਟਿਕ ਵਾਇਲੈਂਸ 'ਤੇ ਅਸੀਂ ਕਰਵਾਏ ਨੇ, ਅਤੇ ਲੀਗਲ ਅਵੇਅਰਨੈਸ ਦੇ ਪ੍ਰੋਗਰਾਮ ਅਸੀਂ ਨੈਸ਼ਨਲ ਕਮਿਸ਼ਨ ਫੋਰ ਵੁਮਨ ਨਾਲ ਰਲ ਕੇ ਅਸੀਂ ਕਾਫੀ ਪ੍ਰੋਗਰਾਮ ਕੀਤੇ ਨੇ। ਉਸ ਤੋਂ ਇਲਾਵਾ ਵੀ ਅਸੀਂ ਸਕੂਲਾਂ 'ਚ, ਕਾਲਜਿਸ 'ਚ ਜਿਵੇਂ ਖਾਸ ਮੌਕੇ ਹੁੰਦੇ ਸੀ, ਜਿਵੇਂ ਹੁਣ ਇੰਟਰਨੈਸ਼ਨਲ ਵੁਮਨ ਡੇ ਦਾ ਆ ਰਿਹਾ ਹੈ, ਜਿਹਨੂੰ ਆਪਾਂ ਸੈਲੀਬ੍ਰੇਟ ਕਰਨ ਵਾਸਤੇ, ਜਿਹਦੀ ਗੱਲ ਕਰਨ ਵਾਸਤੇ ਅੱਜ ਆਪਾਂ ਇੱਥੇ ਬੈਠੇ ਹਾਂ, ਉਸ ਮੌਕੇ ਦਾ ਅਸੀਂ ਬੜਾ ਲਾਭ ਲੈਂਦੇ ਸੀ। ਘੱਟੋ ਘੱਟ ਕਈ ਦਿਨ ਅਸੀਂ ਲਗਾਤਾਰ ਸਕੂਲਾਂ 'ਚ, ਕਾਲਜਿਸ 'ਚ ਲੜਕੇ ਅਤੇ ਲੜਕੀਆਂ ਦੋਵਾਂ ਨੂੰ ਸੰਬੋਧਨ ਕਰਦੇ ਸੀ, ਅਤੇ ਉਹਨਾਂ ਨੂੰ ਕੋਸ਼ਿਸ਼ ਕਰਦੇ ਸੀ ਕਿ ਗੱਲਬਾਤ ਰਾਹੀਂ ਉਹਨਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਜਾਵੇ। ਖਾਸ ਕਰਕੇ ਮੇਰਾ ਫੋਕਸ ਇਹ ਹੁੰਦਾ ਸੀ ਕਿ ਆਮ ਤੌਰ 'ਤੇ ਹੁੰਦਾ ਕਿ ਵੁਮਨ ਕਮਿਸ਼ਨ ਦਾ ਪ੍ਰੋਗਰਾਮ ਹੈ ਜੀ, ਇਹ ਲੜਕੀਆਂ ਜਾਂ ਔਰਤਾਂ ਹੀ ਇਕੱਠੀਆਂ ਹੋਣ, ਜਦਕਿ ਮੇਰਾ ਇਹ ਹੁੰਦਾ ਸੀ ਕਿ ਜਿਨ੍ਹਾਂ ਤੋਂ, ਜਿਸ ਵਰਗ ਤੋਂ ਇਹਨਾਂ ਔਰਤਾਂ ਨੂੰ ਪ੍ਰੋਬਲਮ ਖੜ੍ਹੀ ਹੋ ਰਹੀ ਹੈ, ਆਪਾਂ ਆਮ ਗੱਲ ਕਰ
ਬੰਦਿਆਂ ਵੱਲੋਂ, ਕੁੜੀਆਂ ਨੂੰ ਜੇ ਛੇੜਖਾਨੀ ਦੇ ਮਸਲੇ ਨੇ ਤਾਂ ਮੁੰਡਿਆਂ ਵੱਲੋਂ ਹੀ ਉਹ ਪ੍ਰੋਬਲਮ ਆ ਰਹੀ ਹੈ, ਤਾਂ ਕਿਉਂ ਨਾ ਆਪਾਂ ਫੋਕਸ ਉਸ ਵਰਗ 'ਤੇ ਕੀਤਾ ਜਾਵੇ ਜਿੱਥੋਂ ਇਹ ਪ੍ਰੋਬਲਮ ਖੜੀ ਹੋ ਰਹੀ ਹੈ, ਆਪਾਂ ਜੜ ਹੀ ਕਿਉਂ ਨਾ ਖਤਮ ਕਰੀਏ। ਉਹਨਾਂ ਲੋਕਾਂ ਨੂੰ, ਉਹਨਾਂ ਮੁੰਡਿਆਂ ਨੂੰ ਸੈਂਸਟਾਈਜ਼ ਅਸੀਂ ਕਰਦੇ ਸੀ ਕਿ ਇੱਕ ਜਿਹੜਾ ਕਲਚਰ ਹੈ, ਖਾਸ ਕਰਕੇ ਆਪਾਂ ਪੰਜਾਬ ਦੇ ਕਲਚਰ ਦੀ ਉਹ ਗੱਲ ਕਰ ਲਈਏ, ਜਦੋਂ ਅਸੀਂ ਬਾਹਰ ਤੋਂ ਹਿੰਦੂ ਜਨਾਨੀਆਂ ਨੂੰ ਜਦੋਂ ਅਬਦਾਲੀ ਵਰਗੇ ਜਰਵਾਣੇ ਚੱਕ ਚੱਕ ਕੇ ਲੈ ਕੇ ਜਾ ਰਹੇ ਸੀ ਅਗਵਾਹ ਕਰਕੇ, ਤਾਂ ਸਾਡੇ ਪੰਜਾਬੀ ਸੂਰਵੀਰਾਂ ਨੇ ਕਿਵੇਂ ਉਹਨਾਂ ਔਰਤਾਂ ਨੂੰ ਛੁਡਾ ਕੇ ਧੀਆਂ ਭੈਣਾਂ ਵਾਂਗ ਉਹਨਾਂ ਦੇ ਆਪੋ ਆਪਣੇ ਘਰੀ ਪਹੁੰਚਾਇਆ। ਸਾਡਾ ਇਤਿਹਾਸ ਇਹ ਹੈ, ਨਾ ਕਿ ਸਾਡਾ ਇਤਿਹਾਸ ਸੜਕਾਂ 'ਤੇ ਜਾਂਦੀਆਂ ਕੁੜੀਆਂ ਨੂੰ ਛੇੜਨ ਦਾ, ਜੋ ਅੱਜ ਕੱਲ੍ਹ ਖਾਸ ਕਰਕੇ ਪੰਜਾਬੀ ਮਿਊਜ਼ਿਕ ਜਿਸ ਪਾਸੇ ਨੂੰ ਜਾ ਰਿਹਾ ਹੈ ਕਿ ਕੁੜੀਆਂ ਨੂੰ ਇੱਕ ਵਸਤੂ ਸਮਝਿਆ ਜਾ ਰਿਹਾ ਹੈ, ਠੀਕ ਹੈ, ਉਹ ਉਹੋ ਜਿਹੀ ਵਸਤੂ ਉਸ ਗਾਇਕ ਦੇ ਘਰ ਵੀ ਹੋਊਗੀ, ਆ ਗੀਤਕਾਰ ਦੇ ਘਰ ਵੀ ਹੋਊਗੀ, ਪਰ ਉਹ ਦਿਖਾਈ ਨਹੀਂ ਦੇ ਰਹੀ। ਸੋ ਅਸੀਂ ਮੁੰਡਿਆਂ ਨੂੰ ਖਾਸ ਕਰਕੇ ਸੈਂਸਟਾਈਜ਼ ਕਰਦੇ ਸੀ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਸੀ ਕਿ ਮੇਰੀ ਗੱਲ ਕੁੜੀਆਂ ਨਾਲੋਂ ਜ਼ਿਆਦਾ ਮੁੰਡੇ ਸੁਣਦੇ ਸੀ ਔਰ ਖੜ੍ਹੇ ਹੋ ਕੇ ਤਾੜੀਆਂ ਵੀ ਮਾਰਦੇ ਸੀ। ਮੈਨੂੰ ਖੁਸ਼ੀ ਹੁੰਦੀ ਸੀ ਕਿ ਸ਼ਾਇਦ ਅੱਜ ਇਹਨਾਂ 'ਚ 100 ਬੱਚੇ ਬੈਠੇ ਨੇ ਤਾਂ ਇਹਨਾਂ 'ਚੋਂ ਸ਼ਾਇਦ 10 ਮੁੰਡੇ ਵੀ ਮੇਰੀ ਗੱਲ ਨੂੰ ਸਮਝ ਕੇ ਜਾਣ ਕਿ ਹੀਰੋ ਆਪਾਂ ਫਿਲਮਾਂ ਵਾਲਿਆਂ ਨੂੰ ਹੀਰੋ ਕਿਉਂ ਬਣਾਈਏ, ਸ਼ਹੀਦ ਭਗਤ ਸਿੰਘ ਸਾਡਾ ਹੀਰੋ ਕਿਉਂ ਨਹੀਂ ਹੋ ਸਕਦਾ, ਬਿਲਕੁਲ ਕਰਤਾਰ ਸਿੰਘ ਸਰਾਭਾ ਸਾਡਾ ਹੀਰੋ ਕਿਉਂ ਨਹੀਂ ਹੋ ਸਕਦਾ। ਅੱਜ ਜਿਹੜੇ ਸਕੂਲਾਂ ਕਾਲਜਾਂ 'ਚ ਬੱਚੇ ਨੇ 18 ਸਾਲ ਤੋਂ 20-25 ਸਾਲ ਤੱਕ ਉਹ ਸਕੂਲਾਂ ਕਾਲਜਾਂ 'ਚ ਰਹਿੰਦੇ ਨੇ 25 ਸਾਲਾਂ ਤੱਕ ਜੀ, ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਇੱਕ ਸੋਚ ਲੈ ਕੇ ਉਹ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ, ਫਾਂਸੀ ਦਾ ਰੱਸਾ ਉਹਨੇ ਚੁੰਮਿਆ। ਸ਼ਹੀਦ ਭਗਤ ਸਿੰਘ 23 ਸਾਲਾਂ ਦੀ ਉਮਰ ਦੇ ਵਿੱਚ ਇੱਕ ਐਡੀ ਵੱਡੀ ਸੋਚ ਲੈ ਕੇ ਇਸ ਦੁਨੀਆਂ ਤੋਂ ਸਾਡੇ ਵਾਸਤੇ ਰੁਖਸਤ ਹੋ ਗਿਆ। ਤਾਂ ਅੱਜ ਉਹ ਬੱਚੇ ਜਿਹੜੇ ਮੁੰਡੇ ਅੱਜ ਕੰਨਾਂ 'ਚ ਵਾਲੀਆਂ ਪਾ ਕੇ ਗੈਂਗਸਟਰਸ ਦੀ ਗੱਲ ਕਰ ਰਹੇ ਨੇ, ਗੈਂਗਸਟਰ ਬਣਨ ਨੂੰ ਫਿਰਦੇ ਨੇ, ਉੱਧਰ ਉਸ ਸਾਈਡ ਨੂੰ ਆਕਰਸ਼ਿਤ ਹੋ ਰਹੇ ਨੇ, ਤਾਂ ਉਹਨਾਂ ਦਾ ਰੋਲ ਮਾਡਲ ਅੱਜ ਵਿੱਕੀ ਗੌਂਡਰ ਕਿਉਂ ਹੈ, ਸ਼ਹੀਦ ਭਗਤ ਸਿੰਘ ਕਿਉਂ ਨਹੀਂ ਉਹਨਾਂ ਦਾ ਜੀ? ਅਤੇ ਇਹ ਜਿਹੜੀ ਸੋਚ ਹੈ, ਸ਼ਹੀਦ ਭਗਤ ਸਿੰਘ ਐਵੇਂ ਨਹੀਂ ਸੀ ਬਣ ਗਿਆ, ਉਹ ਸਿਰਫ ਜੋਸ਼ ਨਾਲ ਰੱਸਾ ਨਹੀਂ ਸੀ ਚੁੰਮਿਆ, ਉਸ ਬੰਦੇ ਨੇ ਸੋਚ ਸੀ। ਔਰ ਮੈਂ ਸਮਝਦੀ ਹਾਂ ਕਿ ਬਹੁਤ ਜਿਹੜੀ ਸਾਡੀਆਂ ਜਿਹੜੀਆਂ ਤਰਾਸਦੀਆਂ ਨੇ, ਅਸੀਂ ਸਾਹਿਤ ਪੜ੍ਹਨ ਤੋਂ ਹਟ ਗਏ। ਸ਼ਹੀਦ ਭਗਤ ਸਿੰਘ ਜਿਸ ਦਿਨ ਸ਼ਹੀਦ ਹੋਇਆ ਉਸ ਦਿਨ ਵੀ ਆਖਰੀ ਦਿਨ ਉਹ ਲੈਨਨ ਦੀ ਕਿਤਾਬ ਪੜ੍ਹ ਰਿਹਾ ਸੀ ਜੀ, ਅਤੇ ਲੈਨਨ ਨੂੰ ਸਮਝਣਾ ਕੋਈ ਸੌਖਾ ਕੰਮ ਨਹੀਂ ਛੋਟੀ ਉਮਰ ਦੇ ਵਿੱਚ। ਸੋ ਮੈਂ ਸਮਝਦੀ ਹਾਂ ਕਿ ਬੱਚਿਆਂ ਨੂੰ ਸਾਨੂੰ ਸਾਹਿਤ ਵੱਲ ਵੀ ਮੋੜਨਾ ਪੈਣਾ, ਜਿਹੜਾ ਸਾਡੇ ਟੀਚਰਸ ਦੀ ਜ਼ਿੰਮੇਵਾਰੀ ਨਾਲੋਂ ਵੱਧ ਮਾਂ ਪਿਓ ਦੀ ਜ਼ਿੰਮੇਵਾਰੀ ਹੈ, ਜਿਹੜੀ ਅਸੀਂ ਭੁੱਲਦੇ ਜਾ ਰਹੇ ਹਾਂ। ਸਾਨੂੰ ਆਪਣੇ ਆਪ ਨੂੰ ਦੋਸ਼ੀ ਮੰਨਣਾ ਪੈਣਾ ਹੈ, ਅਤੇ ਆਪਣੇ ਅੰਦਰ ਨੂੰ ਝੰਜੋੜਨਾ ਪੈਣਾ ਕਿ ਅਸੀਂ ਸਾਰਾ ਕੁਛ ਸਰਕਾਰਾਂ 'ਤੇ ਨਾ ਛੱਡੀਏ, ਅਸੀਂ ਆਪਣੀ ਜ਼ਿੰਮੇਵਾਰੀ ਨਿਭਾਈਏ ਜੀ। ਸੋ ਇਸ ਤਰ੍ਹਾਂ ਦੀ ਸੋਚ ਨਾਲ ਅਸੀਂ ਕਾਫੀ ਪ੍ਰੋਗਰਾਮ ਕੀਤੇ ਨੇ ਜੀ। ਇੱਕ ਸਵਾਲ ਜਿਹੜਾ ਤੁਹਾਡੀ ਗੱਲ ਦੇ ਵਿੱਚੋਂ ਨਿਕਲਦਾ, ਤੁਸੀਂ ਪੰਜਾਬੀ ਸੰਗੀਤ ਨੂੰ ਵੀ ਆਪਣੀ ਗੱਲ ਦੇ ਵਿੱਚ ਲਿਆ ਕਿ ਉਹ ਵੀ ਬੜਾ ਜ਼ਿੰਮੇਵਾਰ ਹੈਗਾ ਸਾਡੇ ਸਮਾਜ ਨੂੰ ਦੂਸਰੀ ਦਿਸ਼ਾ ਦੇ ਵਿੱਚ ਲੈ ਕੇ ਜਾਣ ਦੇ ਲਈ, ਕਦੇ ਤੁਸੀਂ ਇਸ ਗੱਲ 'ਤੇ ਵੀ ਇਸ਼ੂ ਉਠਾਇਆ ਜਾਂ ਫਿਰ ਤੁਹਾਡੀ ਕਮਿਸ਼ਨ ਵੱਲੋਂ ਇਸ ਬਾਰੇ ਕਦੇ ਕਿਸੇ ਪੱਧਰ 'ਤੇ ਜਾ ਕੇ ਜਾਂ ਸੂਬਾ ਸਰਕਾਰ ਦੇ ਨਾਲ ਤੁਸੀਂ ਇਸ ਮਸਲੇ ਨੂੰ ਮਤਲਬ ਗੰਭੀਰਤਾ ਦੇ ਨਾਲ ਲਿਆ ਹੋਵੇ ਅਤੇ ਇਸ 'ਤੇ ਠੱਲ ਪਾਉਣ ਦੇ ਲਈ ਕਦਮ ਚੁੱਕੇ ਹੋ? ਇੱਕ ਗੱਲ ਤਾਂ ਇਹ ਆਮ ਵੀ ਜਦੋਂ ਈਵਨ ਗਾਇਕ ਵੀ ਜਿਹੜੇ ਮਾੜੀ ਗਾਇਕੀ ਵੀ ਕਰਦੇ ਨੇ ਉਹ ਵੀ ਕਹਿ ਦਿੰਦੇ ਨੇ ਕਿ ਸਿਰਫ ਲੋਕਾਂ ਜਾਰੀ ਕਿ ਇਹ ਸੈਂਸਰ ਟਾਈਪ ਕੋਈ ਅਥੋਰਿਟੀ ਹੋਣੀ ਚਾਹੀਦੀ। ਸੋ ਅਸੀਂ ਵੀ ਗਵਰਨਮੈਂਟ ਨੂੰ ਲਿਖਿਆ ਸੀ ਕਿ ਇੱਕ ਰੈਗੂਲੇਟਰੀ ਸੈਂਸਰ ਬੋਰਡ ਇੱਕ ਬਹੁਤ ਵੱਡੀ ਗੱਲ ਹੈ, ਪਰ ਇੱਕ ਰੈਗੂਲੇਟਰੀ ਕੋਈ ਅਥੋਰਿਟੀ ਤਾਂ ਇਹੋ ਜਿਹੀ ਹੋਵੇ ਨਾ, ਜਿੱਥੇ ਚਾਹੇ ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਪੰਜਾਬੀ ਗਾਇਕੀ ਦੀ ਗੱਲ ਕਰ ਲਈਏ, ਉਹ ਰਿਲੀਜ਼ ਹੋਣ ਤੋਂ ਪਹਿਲਾਂ ਸੈਂਸਰ ਬੋਰਡ ਨੇ ਉਹਨਾਂ ਨੂੰ ਫਿਲਮਾਂ ਨੂੰ ਪਾਸ ਕਰਨਾ ਹੁੰਦਾ, ਪਰ ਇੱਕ ਅਸੀਂ ਆਪਣੇ ਕਲਚਰ ਦੇ ਹਿਸਾਬ ਨਾਲ ਉਹਨਾਂ ਨੂੰ ਚੈੱਕ ਕਰੀਏ ਕਿ ਕਿਤੇ ਸਾਡੇ ਸਾਡੇ ਬੱਚੇ ਆ ਅਤੇ ਇਸ ਚੀਜ਼ ਦਾ ਕੀ ਅਸਰ ਪੈਂਦਾ। ਸੋ ਅਸੀਂ ਉਸ ਚੀਜ਼ 'ਤੇ ਵੀ ਮਿਹਨਤ ਤਾਂ ਕੀਤੀ ਹੈ, ਪਰ ਮੇਰੇ ਖਿਆਲ 'ਚ ਉਹਦਾ ਬਹੁਤੇ ਸਾਨੂੰ ਰਿਜ਼ਲਟ ਨਹੀਂ ਮਿਲ ਰਹੇ। ਪਰ ਹੁਣ ਜਿਵੇਂ ਸਰਕਾਰ, ਕਿਉਂਕਿ ਆਪਾਂ ਨੂੰ ਆਦਤ ਹੈ ਖਾਸ ਕਰਕੇ ਪੰਜਾਬੀਆਂ ਨੂੰ, ਜਿਵੇਂ ਮੱਛੀ ਪੱਥਰ ਚੱਟ ਕੇ ਮੁੜਦੀ ਹੈ ਨਾ, ਤਾਂ ਹੁਣ ਵਿੱਕੀ ਗੌਂਡਰ ਉਹਨਾਂ ਦੇ ਜੋ ਵੀ ਉਹਨਾਂ ਨਾਲ ਉਹਨਾਂ ਬੱਚਿਆਂ ਨਾਲ ਮੈਂ ਕਹਾਂਗੀ ਕਿ ਤਰਾਸਦੀ ਹੋਈ ਹੈ, ਕਿਉਂਕਿ ਪੁੱਠੇ ਰਾਹ 'ਤੇ ਪੈ ਗਏ ਸੀ। ਅਦਰਵਾਈਜ਼ ਸ਼ਾਇਦ ਵਿੱਕੀ ਗੌਂਡਰ ਵਰਗੇ ਬੱਚੇ ਆ ਹੋਰ ਕਿੰਨੇ ਸੀ ਜਿਹੜੇ ਨੈਸ਼ਨਲ ਲੈਵਲ 'ਤੇ, ਜਿਹੜੇ ਇੰਟਰਨੈਸ਼ਨਲ ਲੈਵਲ 'ਤੇ ਪਲੇਅਰ ਵੀ ਰਹੇ ਨੇ, ਜੇਕਰ ਉਹਨਾਂ ਨੂੰ ਸੰਭਾਲਿਆ ਜਾਂਦਾ ਤਾਂ ਮੇਰੇ ਖਿਆਲ 'ਚ ਇਸ ਰਸਤੇ ਕਿਉਂ ਤੁਰਦੇ? ਪਰ ਆਪਾਂ ਆਪਣੇ ਹੋਰ ਬੱਚਿਆਂ ਨੂੰ ਬਚਾਈਏ। ਅੱਜ ਉਹਨਾਂ ਦੀ ਮੌਤ ਤੋਂ ਬਾਅਦ ਅੱਜ ਅਸੀਂ ਗਾਇਕਾਂ ਨੂੰ ਬੁਲਾ ਬੁਲਾ ਕੇ ਗੱਲਾਂ ਕਰਦੇ ਹਾਂ, ਉਹੀ ਗੱਲਾਂ ਅੱਜ ਤੋਂ 2-4 ਸਾਲ ਪਹਿਲਾਂ ਸ਼ੁਰੂ ਹੁੰਦੀਆਂ ਤਾਂ ਸ਼ਾਇਦ ਅੱਜ ਇਹ ਬੱਚੇ ਜਿਹੜੇ ਗਲਤ ਰਾਹਾਂ 'ਤੇ ਤੁਰੇ ਨੇ, ਸ਼ਾਇਦ ਅੱਜ ਆਪਣੇ ਮਾਂ ਪਿਓ ਦੇ ਗੋਦ 'ਚ ਇਹ ਬੈਠੇ ਹੁੰਦੇ, ਉਹਨਾਂ ਦੇ ਚਾਰ ਜਿਹੜੇ ਲਾੜ ਨੇ ਪੂਰੇ ਕਰਦੇ ਹੁੰਦੇ। ਸੋ ਮੈਂ ਸਮਝਦੀ ਹਾਂ, ਮੈਂ ਬੇਨਤੀ ਵੀ ਕਰਾਂਗੀ ਆਪਣੇ ਪੰਜਾਬੀ ਗਾਇਕ ਵੀਰਾਂ ਨੂੰ ਕਿ ਹੁਣ ਬਹੁਤ ਹੋ ਗਿਆ ਕਿ ਪੰਜਾਬੀ ਬੋਲੀ ਅਤੇ ਮਾਂ ਬੋਲੀ ਦੀ ਗੱਲ ਕਰਦੇ ਹਾਂ, ਉਹ ਪੰਜਾਬੀ ਮਾਂ ਬੋਲੀ 'ਤੇ ਹੀ ਥੋੜ੍ਹਾ ਜਿਹਾ ਰਹਿਮ ਕਰਨ। ਅਤੇ ਬਹੁਤ ਕੁਛ ਹੈ, ਬਹੁਤ ਸਾਡੇ ਕਲਚਰ 'ਚ ਐਡਾ ਅਮੀਰ ਵਿਰਸਾ ਹੈ, ਬਹੁਤ ਕੁਛ ਹੈ ਗਾਉਣ ਨੂੰ, ਬਹੁਤ ਕੁਛ ਹੈ ਦਿਖਾਉਣ ਨੂੰ। ਉਸ ਕਲਚਰ ਨੂੰ ਫੜ ਕੇ ਕੋਈ ਗੱਲ ਕਰੀਏ, ਨਾ ਕਿ ਗੈਂਗਸਟਰਸ ਗੈਂਗਲੈਂਡ ਬਣ ਗਿਆ ਆ, ਕੁੜੀਆਂ ਨੂੰ ਚੀਜ਼ ਬਣਾ ਕੇ ਤੁਸੀਂ ਪੇਸ਼ ਕਰ ਰਹੇ ਹੋ, ਕੁੜੀਆਂ ਦੀ ਇੱਕ ਦਿੱਖ ਐਵੇਂ ਦੀ ਪੇਸ਼ ਕੀਤੀ ਜਾ ਰਹੀ ਹੈ ਗਾਇਕਾਂ ਵੱਲੋਂ ਕਿ ਉਹ ਤਾਂ ਧੋਖੇਬਾਜ਼ ਹੈ, ਕਿ ਸਿਰਫ ਪੈਸੇ ਵਾਲੇ ਗੱਡੀਆਂ ਵੱਡੀਆਂ ਦੇਖ ਕੇ ਆ, ਪੈਸੇ ਵਾਲੇ ਮੁੰਡਿਆਂ ਦੇ ਮਗਰ ਲੱਗ ਕੇ ਕੀ ਕੁੜੀਆਂ, ਇਹਨਾਂ ਕੁੜੀਆਂ 'ਚੋਂ ਹੀ ਅੱਜ ਹੁਣ ਆਪਾਂ ਉਦਾਹਰਨ ਲੈ ਲਈਏ
ਨਵਜੋਤ ਕੌਰ ਅੱਜ ਗੋਲਡ ਮੈਡਲ ਲੈ ਕੇ ਆਈ ਹੈ, ਉਸ ਤੋਂ ਬਿਨਾਂ ਸਾਡੇ ਕੋਲ ਕਿੰਨੀਆਂ ਉਦਾਹਰਨਾਂ ਨੇ। ਹਰਮਨਪ੍ਰੀਤ ਦੀ ਉਦਾਹਰਨ ਹੈ ਸਪੋਰਟਸ ਦੇ, ਉਹਦੇ 'ਚ ਉਹਨਾਂ ਨੇ ਉਹ ਕੁੜੀਆਂ ਕੁਛ ਕਰਕੇ ਲਿਆਈਆਂ। ਇਹਦੇ ਵਿੱਚ ਜੇਕਰ ਆਪਾਂ ਕੰਪੀਟੀਸ਼ਨਸ ਦੀ ਗੱਲ ਕਰ ਲਈਏ, ਚਾਹੇ ਆਈ ਏ ਐੱਸ ਦੀ ਗੱਲ ਕਰ ਲਈਏ, ਚਾਹੇ ਪੀ ਸੀ ਐੱਸ ਦੀ ਗੱਲ ਕਰ ਲਈਏ, ਜੁਡੀਸ਼ੀਅਲ ਸਿਸਟਮ ਦੀ ਗੱਲ ਕਰ ਲਈਏ, ਕਿੰਨੀਆਂ ਲੜਕੀਆਂ ਨੇ, ਉਹ ਲੜਕੀਆਂ ਵੀ ਉਹਨਾਂ ਸਕੂਲਾਂ ਕਾਲਜਾਂ 'ਚ ਪੜ੍ਹ ਕੇ ਆਈਆਂ ਨੇ, ਜਿਨ੍ਹਾਂ ਸਕੂਲਾਂ ਕਾਲਜਾਂ ਦੀ ਉਹ ਗੱਲ ਕਰਦੇ ਨੇ। ਚੰਡੀਗੜ੍ਹ ਦੇ ਸਕੂਲਾਂ ਕਾਲਜਾਂ ਨੂੰ ਉਹਨਾਂ ਨੇ ਐਵੇਂ ਬਣਾ ਤਿਆ ਕਿ ਇੱਥੇ ਲੜਕੀਆਂ ਸਿਰਫ ਐਸ਼ ਕਰਨ ਜਾਂਦੀਆਂ ਨੇ। ਸਾਡੇ ਵਰਗੇ ਲੋਕ ਵੀ ਚੰਡੀਗੜ੍ਹ ਦੇ ਕਾਲਜਾਂ 'ਚ ਪੜ੍ਹੇ ਨੇ, ਅਸੀਂ ਵੀ ਕਿਤੇ ਨਾ ਕਿਤੇ ਆਮ ਪਰਿਵਾਰਾਂ 'ਚੋਂ ਨਿਕਲ ਕੇ ਚੰਡੀਗੜ੍ਹ ਦੇ ਕਾਲਜਾਂ 'ਚ ਵਿੱਦਿਆ ਪ੍ਰਾਪਤ ਕਰਕੇ ਅੱਜ ਅਸੀਂ ਥੋੜ੍ਹਾ ਬਹੁਤਾ ਆਪਣੀ ਪਛਾਣ ਬਣਾਉਣ ਦੇ ਵਿੱਚ, ਇੱਕ ਪੋਜ਼ਿਟਿਵ ਪਛਾਣ ਬਣਾਉਣ ਦੇ ਰੂਪ 'ਚ ਅਸੀਂ ਕਾਮਯਾਬ ਹੋਏ ਹਾਂ। ਸੋ ਮੇਰੀ ਬੇਨਤੀ ਹੈ, ਬਹੁਤ ਸਾਰੇ ਗਾਇਕ ਨੇ, ਬਹੁਤ ਸੋਹਣੀਆਂ ਖੂਬਸੂਰਤ ਆਵਾਜ਼ਾਂ ਨੇ ਉਹਨਾਂ ਦੀਆਂ, ਇਹਨਾਂ ਆਵਾਜ਼ਾਂ ਨੂੰ ਬਦਸੂਰਤ ਨਾ ਬਣਾਉਣ, ਬਹੁਤ ਬਹੁਤ ਕੁਛ ਹੈ ਜਿਹੜਾ ਉਹ ਗਾ ਸਕਦੇ ਨੇ, ਉਹ ਗਾ ਸਕਦੇ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਪੰਜਾਬ ਦੀ ਗਾਇਕੀ ਨੇ ਔਰਤਾਂ ਨੂੰ ਬਹੁਤ ਪਿੱਛੇ ਧੱਕਿਆ, ਕਿਉਂਕਿ ਜਦੋਂ ਸਾਡੇ ਵਰਗੇ ਵੀ ਪਲੱਸ ਟੂ ਪਾਸ ਕਰਕੇ ਗੱਲ ਕਰਦੇ ਸੀ ਕਿ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਪੜ੍ਹਨ ਜਾਈਏ ਤਾਂ ਘਰਦਿਆਂ ਵੱਲੋਂ ਬਹਿ ਜਾ ਟੇਕ ਕੇ, ਹਾਂ ਬਿਲਕੁਲ, ਇਹ ਜਿਹੜੇ ਸ਼ਬਦ ਵਰਤੇ ਜਾਂਦੇ ਸੀ, ਕਿਉਂਕਿ ਸਾਡੇ ਗਾਣਿਆਂ ਦੇ ਵਿੱਚ ਚੰਡੀਗੜ੍ਹ ਨੂੰ ਜਾਂ ਫਿਰ ਕੁੜੀਆਂ ਮੁੰਡੇ ਜਾ ਕੇ ਉਸ ਸ਼ਹਿਰਾਂ ਦੇ ਵਿੱਚ ਕੀ ਕਰਦੇ ਨੇਗੇ ਉਹ ਮਤਲਬ ਬਹੁਤ ਗਲਤ ਰੀਪ੍ਰਜੈਂਟ ਕੀਤਾ ਜਾਂਦਾ ਸੀ। ਬਹੁਤ ਸਾਰੇ ਕੇਸਿਸ ਇੱਦਾਂ ਦੇ ਹੋਣਗੇ ਜਿਸ ਤੋਂ ਬਾਅਦ ਕੁੜੀਆਂ ਨੇ ਜਿਹੜੀਆਂ ਉਹਨਾਂ ਜਾਂ ਉਹ ਕਹਿ ਸਕਦੇ ਹਾਂ ਕਿ ਡਿਪੈਂਡੈਂਟ ਹੋਣਗੀਆਂ ਕਿਸੇ 'ਤੇ, ਪਰ ਉਹਨਾਂ ਦੇ ਸੈਪਰੇਸ਼ਨ ਤੋਂ ਬਾਅਦ ਉਹ ਇਕੱਲੀਆਂ ਰਹਿ ਗਈਆਂ ਜਾਂ ਫਿਰ ਕਈਆਂ ਦੇ ਪਰਿਵਾਰ ਉਹਨਾਂ 'ਤੇ ਡਿਪੈਂਡ ਹੋ ਗਏ ਨੇ। ਕਿਤੇ ਮੈਮ ਉਹਨਾਂ ਦੇ ਤੁਸੀਂ ਰੁਜ਼ਗਾਰ ਦੇ ਮੌਕੇ ਵੀ ਇੱਦਾਂ ਦੇ ਉਹਨਾਂ ਦੇ ਲਈ ਲੱਭਣ ਦੀ ਕੋਸ਼ਿਸ਼ ਕੀਤੀ ਆ ਵੀ ਜਾਂ ਫਿਰ ਜਿਹੜੀਆਂ ਕੁੜੀਆਂ ਨੇ ਹੁਣ ਉਹ ਡਿਪੈਂਡੈਂਟ ਨੇਗੀਆਂ ਜਾਂ ਡਿਪੈਂਡੈਂਟ ਸੀਗੀਆਂ ਅਤੇ ਹੁਣ ਉਹਨਾਂ ਨੂੰ ਇੰਡੀਪੈਂਡੈਂਟ ਕਰਨ ਦੇ ਲਈ ਕੁਛ ਉਹਨਾਂ ਦੇ ਲਈ ਰੁਜ਼ਗਾਰ ਪੈਦਾ ਕੀਤੇ ਗਏ ਹੋਣ? ਮੈਂ ਇਸੇ ਵਿਸ਼ੇ 'ਤੇ ਮੈਂ ਜ਼ਰੂਰ ਗੱਲ ਕਰਨਾ ਚਾਹਾਂਗੀ ਕਿ ਜਦੋਂ ਜਿੰਨਾ ਚਿਰ ਮੈਂ ਕਮਿਸ਼ਨ 'ਚ ਰਹੀ, ਮੈਂ ਥੋੜ੍ਹਾ ਬਹੁਤ ਆਪਣੀ ਬਾਉਂਡਰੀਜ਼ ਤੋਂ ਬਾਹਰ ਜਾ ਕੇ ਵੀ ਗੱਲ ਕੀਤੀ ਹੈ ਕਾਨੂੰਨ, ਕਿਉਂਕਿ ਕਾਨੂੰਨ ਦੇ ਤਹਿਤ ਕਮਿਸ਼ਨ ਬਣੇ ਹੁੰਦੇ ਨੇ, ਤੁਸੀਂ ਉਸ ਤੋਂ ਬਾਹਰ ਨਹੀਂ ਜਾ ਸਕਦੇ, ਪਰ ਫਿਰ ਵੀ ਕੋਸ਼ਿਸ਼ ਕੀਤੀ ਸੀ ਕਿ ਉਸ ਦਾਇਰੇ 'ਚ ਰਹਿ ਕੇ ਵੀ ਆਪਾਂ ਕੁਛ ਔਰਤਾਂ ਬਾਰੇ ਕਰ ਸਕੀਏ। ਪਰ ਫਿਰ ਮੈਂ ਤੁਹਾਨੂੰ ਇਹੀ ਦੱਸਣਾ ਚਾਹਾਂਗੀ ਕਿ ਮੇਰਾ ਹਲੇ 1 ਸਾਲ ਦੀ ਮੇਰੀ ਟਰਮ ਪਈ ਸੀ ਹਲੇ ਕਮਿਸ਼ਨ ਦੇ ਵਿੱਚ, ਪਰ ਮੈਂ ਮਹਿਸੂਸ ਕੀਤਾ ਕਿ ਜਿੰਨੀਆਂ ਜ਼ਿਆਦਾ ਸ਼ਿਕਾਇਤਾਂ ਮੇਰੇ ਕੋਲ ਔਰਤਾਂ ਦੀਆਂ ਆ ਰਹੀਆਂ ਸੀ, ਕਿਤੇ ਨਾ ਕਿਤੇ ਮੈਂ ਮਹਿਸੂਸ ਕਰਦੀ ਸੀ ਕਿ ਇਹਨਾਂ ਔਰਤਾਂ ਦੀਆਂ ਸ਼ਿਕਾਇਤਾਂ ਦੇ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਆਰਥਿਕ ਤੌਰ 'ਤੇ ਔਰਤਾਂ ਕਿਤੇ ਨਾ ਕਿਤੇ ਇੰਡੀਪੈਂਡੈਂਟ ਹੈ ਨਹੀਂ ਜੀ, ਅਤੇ ਜੇਕਰ ਫਾਈਨੈਂਸ਼ਲੀ ਇੰਡੀਪੈਂਡੈਂਟ ਹੋਣਗੀਆਂ ਤਾਂ ਹੀ ਉਹ ਰਾਜਨੀਤਿਕ ਲੈਵਲ 'ਤੇ ਵੀ ਅੱਗੇ ਵੱਧ ਸਕਣਗੀਆਂ, ਆ ਆਪਣੀਆਂ ਸਮੱਸਿਆਵਾਂ ਆਪਣੇ ਪੱਧਰ 'ਤੇ ਉਹ ਹੱਲ ਕਰ ਸਕਦੀਆਂ। ਪਰ ਕਮਿਸ਼ਨ ਦੇ ਵਿੱਚ ਕਿਉਂਕਿ ਐਸ ਸੱਚ ਕੋਈ ਗੌਰਮੈਂਟ ਵੱਲੋਂ ਕੋਈ ਇਸ ਤਰ੍ਹਾਂ ਦਾ ਫੰਡ ਨਹੀਂ ਜਾਂ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਜਿੱਥੇ ਅਸੀਂ ਡਾਇਰੈਕਟਲੀ ਉਹਨਾਂ ਲੜਕੀਆਂ ਦੇ ਰੁਜ਼ਗਾਰ ਦੀ ਗੱਲ ਕਰ ਸਕਦੇ ਹੋਈਏ, ਜਾਂ ਉਹਨਾਂ ਨੂੰ ਕਿਵੇਂ ਜੇਕਰ ਕੋਈ ਬਹੁਤੀ ਉਹ ਕੋਈ ਸਮੱਸਿਆ ਦੇ ਵਿੱਚ ਕੋਈ ਲੜਕੀ ਆਈ ਆ ਉਹਦੀ ਅਸੀਂ ਫਾਈਨੈਂਸ਼ਲੀ ਮਦਦ ਕਰ ਸਕਦੇ ਹੋਈਏ। ਸੋ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਹੀ ਮੈਂ 1 ਸਾਲ ਪਹਿਲਾਂ ਹੀ ਆਪਣੇ ਅਹੁਦੇ ਤੋਂ ਰਿਜ਼ਾਈਨ ਵੀ ਕੀਤਾ, ਕਿਉਂਕਿ ਮਹਿਸੂਸ ਕੀਤਾ ਕਿ ਔਰਤਾਂ ਦਾ ਅਸਲੀ ਖੇਤਰ ਉਹਨਾਂ ਨੂੰ ਇੰਪਾਵਰ ਫਾਈਨੈਂਸ਼ਲੀ ਇਕਨੋਮਿਕਲੀ ਆਪਾਂ ਉਹਨਾਂ ਨੂੰ ਇੰਪਾਵਰ ਕਰੀਏ। ਸੋ ਉਹ ਸੋਚ ਰੱਖ ਕੇ ਫਿਰ ਮੈਂ ਹੁਣ ਮੈਂ 2 ਮਹੀਨੇ ਤੋਂ ਅਸੀਂ ਲੱਗੇ ਹੋਏ ਕਿ ਐਨ ਜੀ ਓ ਬਣਾਈ ਹੈ ਜਿਹਦਾ ਮੇਨ ਫੋਕਸ ਇਹ ਹੋਣਾ ਹੈ ਕਿ ਔਰਤਾਂ ਨੂੰ ਆਪਣੇ ਪੈਰਾਂ 'ਤੇ ਕਿਵੇਂ ਖੜਾ ਕੀਤਾ ਜਾਵੇ, ਦੋਵੇਂ ਤਰ੍ਹਾਂ ਦੀਆਂ ਔਰਤਾਂ, ਇੱਕ ਬਹੁਤ ਜ਼ਿਆਦਾ ਪੜ੍ਹੀਆਂ ਲਿਖੀਆਂ ਔਰਤਾਂ ਨੇ ਅੱਜ ਆਈ ਟੀ ਖੇਤਰ ਦੇ ਵਿੱਚ ਕਾਫੀ ਕੰਮ ਕਰ ਸਕਦੀਆਂ ਨੇ, ਇੱਕ ਔਰਤਾਂ ਉਹਨੇ ਜਿਹੜੀਆਂ ਸਕਿੱਲਡ ਨੇ, ਜਿਹੜੀਆਂ ਜਿਨ੍ਹਾਂ ਕੋਲ ਕੋਈ ਸਕਿੱਲ ਨਹੀਂ ਹੈਗੀ, ਜਾਂ ਜੇ ਸਕਿੱਲ ਹੈ ਵੀ ਹੈ ਤਾਂ ਉਹ ਉਸ ਲੈਵਲ ਦੀ ਨਹੀਂ ਕਿ ਉਹਨੂੰ ਉਹਨੂੰ ਉਹਦੀ ਮਾਰਕੀਟਿੰਗ ਅੱਛੇ ਤਰੀਕੇ ਨਾਲ ਕਰ ਸਕੇ। ਆਮ ਤੌਰ 'ਤੇ ਹੁੰਦਾ ਕਿ ਪਿੰਡਾਂ ਦੀਆਂ ਆਪਾਂ ਲੇਡੀਜ਼ ਦੀ ਗੱਲ ਕਰ ਲਈਏ ਕਿ ਘਰ ਬੈਠ ਕੇ ਉਹ ਰੁਜ਼ਗਾਰ ਕਮਾ ਸਕਦੇ, ਸਰਕਾਰਾਂ ਵੀ ਇਹ ਗੱਲ ਕਰਦੀਆਂ ਨੇ, ਤੁਸੀਂ ਜੀ ਅਚਾਰ ਬਣਾ ਲਓ, ਤੁਸੀਂ ਮਸਾਲੇ ਗ੍ਰਾਇੰਡ ਕਰਕੇ ਤੁਸੀਂ ਪੈਕੇਜਿੰਗ ਕਰ ਲਓ, ਜਾਂ ਤੁਸੀਂ ਫੁਲਕਾਰੀ ਕੱਢ ਲਓ, ਇਸ ਤਰ੍ਹਾਂ ਦੇ ਕੰਮ ਉਹ ਔਰਤਾਂ ਕਰ ਲੈਂਦੀਆਂ ਨੇ ਬਹੁਤ, ਕਿਉਂਕਿ ਔਰਤਾਂ ਦੇ ਹੱਥ 'ਚ ਇੱਕ ਕਲਾ ਹੁੰਦੀ, ਇੱਕ ਬਰਕਤ ਹੁੰਦੀ ਪਰਮਾਤਮਾ ਵੱਲੋਂ। ਪਰ ਅੱਗੇ ਪ੍ਰੋਬਲਮ ਇਹ ਆਉਂਦੀ ਹੈ ਕਿ ਜਦੋਂ ਉਹ ਚੀਜ਼ਾਂ ਤਿਆਰ ਕਰ ਲੈਂਦੀਆਂ ਤਾਂ ਮਾਰਕੀਟ ਕਿੱਥੇ ਹੈ ਉਹਨਾਂ ਵਾਸਤੇ, ਉਹ ਮਾਰਕੀਟਿੰਗ, ਕਿਉਂਕਿ ਉਹ ਵੀ ਇੱਕ ਸਕਿੱਲ ਹੈ ਮਾਰਕੀਟਿੰਗ ਦੀ। ਸੋ ਅਸੀਂ ਹੁਣ ਇਹ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜਿਹੜੀ ਸਾਡੀ ਅਸੀਂ ਇੱਕ ਐਨ ਜੀ ਓ ਬਣਾਈ ਹੈ ਉਹਦਾ ਇੱਕ ਅਸੀਂ ਬ੍ਰਾਂਡ ਮਾਤਾ ਖੀਵੀ ਜੀ ਦੇ ਨਾਂ 'ਤੇ, ਕਿਉਂਕਿ ਮਾਤਾ ਖੀਵੀ ਨੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਭੁੱਖਿਆਂ ਨੂੰ ਰੋਟੀ ਦੇਣ ਦਾ ਕੰਮ, ਜਿਹੜਾ ਕਿ ਹੁਣ ਤੱਕ ਸਾਡੇ ਖਾਸ ਕਰਕੇ ਸਿੱਖ ਕੌਮ ਦੀ ਜੇਕਰ ਪਛਾਣ ਹੈ ਤਾਂ ਲੰਗਰ ਪ੍ਰਥਾ ਕਰਕੇ ਬਹੁਤ ਵੱਡੀ ਪਛਾਣ ਹੈ। ਅਤੇ ਉਹ ਅਸੀਂ ਸ਼ੀ ਵਿਲ ਬ੍ਰਾਂਡ ਕਰਕੇ ਅਸੀਂ ਇੱਕ ਉਹਦੇ 'ਚ ਬ੍ਰਾਂਡ ਬਣਾਇਆ, ਅਤੇ ਉਹਦੇ ਰਾਹੀਂ ਅਸੀਂ ਔਰਤਾਂ ਨੂੰ ਸਮਾਨ ਬਣਾਉਣ ਦੇ ਉਹਦੇ 'ਚ ਇੱਕ ਟ੍ਰੇਨਿੰਗ ਪ੍ਰੋਗਰਾਮ ਵੀ ਚਲਾ ਰਹੇ ਹਾਂ ਕਿ ਉਹਦੇ 'ਚ ਉਹ ਕਲਾ ਨੂੰ ਹੋਰ ਪ੍ਰਫੁੱਲਿਤ ਕਰਨ, ਹੋਰ ਵਧੀਆ ਨਿਖਾਰਨ, ਅਤੇ ਉਸ ਤੋਂ ਬਾਅਦ ਉਹ ਜਿਹੜਾ ਸਮਾਨ ਹੈ ਉਹਨਾਂ ਨੂੰ ਵੇਚਣ ਦੀ ਜ਼ਿੰਮੇਵਾਰੀ ਅਸੀਂ ਲਈ ਹੈ, ਤਾਂ ਕਿ ਜੇ ਔਰਤਾਂ ਘਰ ਬੈਠ ਕੇ ਵੀ ਕਰਨ ਤਾਂ ਉਹਨਾਂ ਦੀ ਘੱਟੋ ਘੱਟ ਉਹ ਮਿਹਨਤ ਹੈ ਜਿਹੜੀ ਉਹਨੂੰ ਥੋੜ੍ਹਾ ਬਹੁਤਾ ਪ੍ਰੋਫਿਟ ਵੀ ਮਿਲੇ ਅਤੇ ਮਿਹਨਤ ਤਾਂ ਪੂਰੀ ਮਿਲੇ। ਹੁਣ ਅੱਜ ਕੀ ਹੁੰਦਾ, ਲੜਕੀਆਂ ਘਰ ਬੈਠੀਆਂ ਫੁਲਕਾਰੀ ਬਣਾ ਰਹੀਆਂ ਨੇ, ਅੱਖਾਂ ਮਾਰਦੀਆਂ ਨੇ, 2-2 ਮਹੀਨੇ 'ਚ ਫੁਲਕਾਰੀ ਤਿਆਰ ਹੁੰਦੀ ਹੈ, ਪਰ ਮਿਲਦਾ ਕੀ ਹੈ ਉਹਨਾਂ ਨੂੰ 200-400 ਰੁਪਈਆ, ਅਤੇ ਅਸੀਂ ਚਾਹੁੰਦੇ ਕਿ ਉਹਨਾਂ ਦੀ ਪੂਰੀ ਮਿਹਨਤ ਉਹਨਾਂ ਨੂੰ ਮਿਲੇ।
ਇਹੀ, ਕਿਉਂਕਿ ਸਾਡਾ ਮੈਂ ਸਮਝਦੀ ਹਾਂ ਕਿ ਸੋਸ਼ਲ ਅਤੇ ਪੋਲੀਟੀਕਲ ਏਜੰਡਾ ਵੀ ਹੁਣ ਸਾਡਾ ਇਹੀ ਹੋਣਾ ਚਾਹੀਦਾ, ਅਤੇ ਪੋਲੀਟੀਕਲ ਪਾਰਟੀਆਂ ਨੂੰ ਵੀ, ਖਾਸ ਕਰਕੇ ਜਿਹੜੇ ਔਰਤ ਵਿੰਗ ਨੇ ਪੋਲੀਟੀਕਲ ਪਾਰਟੀਆਂ ਦੇ, ਉਹਨਾਂ ਨੂੰ ਵੀ ਇਹ ਸੋਚਣਾ ਪੈਣਾ ਕਿ ਇਕੱਲੀਆਂ ਗੱਲਾਂ ਬਾਤਾਂ ਕਰਕੇ 50% ਔਰਤਾਂ ਨੇ ਜਿਹੜੀਆਂ ਰਾਜਨੀਤਿਕ ਜਦੋਂ ਫੈਸਲੇ ਕਰਨੇ ਹੁੰਦੇ ਨੇ ਉਹਨਾਂ 'ਚ ਵੋਟ ਰਾਹੀਂ ਆਪਣਾ ਫੈਸਲਾ ਦਿੰਦੀਆਂ ਨੇ, ਅਤੇ ਉਹਨਾਂ ਵਾਸਤੇ ਜੇਕਰ ਅਸੀਂ ਉਹਨਾਂ ਨੂੰ ਲਾਰੇ ਨਾ ਲਾਈਏ, ਚਾਹੇ ਇੱਕ ਛੋਟੇ ਵਰਗ ਨੂੰ ਅਸੀਂ ਇੰਪਾਵਰ ਕਰੀਏ, ਸਾਨੂੰ ਫਾਈਨੈਂਸ਼ਲੀ ਉਹਨਾਂ ਨੂੰ ਇੰਪਾਵਰ ਕਰਨ ਵਾਸਤੇ ਗੰਭੀਰਤਾ ਦੇ ਨਾਲ ਸਾਨੂੰ ਸੋਚਣਾ ਪੈਣਾ। ਸੋ ਉਸ ਪੱਖ ਤੋਂ ਅਸੀਂ ਹੁਣ ਇਹ ਗੱਲ ਕੰਮ ਸ਼ੁਰੂ ਕਰਨ ਲੱਗੇ ਹਾਂ, ਕੁਛ ਆਊਟਲੈਟਸ ਖੋਲ੍ਹ ਰਹੇ ਨੇ ਜਿੱਥੇ ਔਰਤਾਂ ਹੀ ਮਾਲਕ ਹੋਣਗੀਆਂ ਉਹਨਾਂ ਆਊਟਲੈਟਸ ਦੀਆਂ, ਅਤੇ ਔਰਤਾਂ ਹੀ ਚਲਾਉਣਗੀਆਂ, ਅਤੇ ਔਰਤਾਂ ਦੁਆਰਾ ਤਿਆਰ ਕੀਤੇ ਹੋਏ ਸਮਾਨ ਨੂੰ ਵੇਚਿਆ ਜਾਊਗਾ, ਅਤੇ ਉਹਦੇ ਨਾਲ ਇੱਕ ਬ੍ਰੈਂਡ ਜਿਹੜਾ ਉਹਦਾ ਨਾਂ ਹੋਊਗਾ, ਤਾਂ ਮੇਰੇ ਖਿਆਲ 'ਚ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਅਸੀਂ ਔਰਤਾਂ ਨੂੰ ਪੈਰਾਂ 'ਤੇ ਖੜਾ ਕਰਨ ਦੇ ਯੋਗ ਬਣਾ ਦੇਵਾਂਗੇ। ਜੀ, ਅਸੀਂ ਤੁਹਾਡੇ ਸਮੇਂ ਦੀ ਕਦਰ ਕਰਦੇ ਹਾਂ, ਪਰ ਜਾਂਦੇ ਜਾਂਦੇ ਦੋ ਸਵਾਲ ਮੇਰੇ ਜ਼ਿਹਨ ਦੇ ਵਿੱਚ ਹੋਰ ਨੇਗੇ। ਤੁਸੀਂ ਬਹੁਤ ਲੰਮਾ ਟਾਈਮ ਜਿਹੜਾ ਸ਼੍ਰੋਮਣੀ ਕਮੇਟੀ ਦੇ ਨਾਲ ਜਾਂ ਫਿਰ ਅਕਾਲੀ ਦਲ ਦੇ ਨਾਲ ਜੁੜੇ ਰਹੇ ਹੋ, ਤੁਹਾਡੇ ਕੰਮ ਕਰਨ ਦੇ ਉੱਪਰ, ਕਿਉਂਕਿ ਅਕਸਰ ਕਿਹਾ ਜਾਂਦਾ ਕਿ ਜਦੋਂ ਹੁੰਦਾ ਕਿ ਅਕਾਲੀ ਦਲ ਦਾ ਰਾਜ ਆ ਤਾਂ ਕਾਂਗਰਸ ਵਾਲਿਆਂ ਦੇ ਨਾਲ ਵਿਤਕਰਾ ਹੁੰਦਾ, ਕਾਂਗਰਸ ਦਾ ਰਾਜ ਆ ਤਾਂ ਅਕਾਲੀ ਦਲ ਵਾਲਿਆਂ ਦੇ ਨਾਲ ਜਿਹੜੇ ਇਲਾਕੇ ਨੇਗੇ ਉੱਥੇ ਵਿਤਕਰਾ ਕੀਤਾ ਜਾਂਦਾ, ਕਦੇ ਤੁਸੀਂ ਕੰਮ ਕਰਦੇ ਹੋਏ ਤੁਹਾਡੇ ਅਤੇ ਤੁਹਾਡੀ ਪਾਰਟੀ ਦਾ ਪ੍ਰਭਾਵ ਰਿਹਾ, ਜਾਂ ਫਿਰ ਤੁਸੀਂ ਆਪਣੀਆਂ ਨੀਤੀਆਂ ਦੇ ਨਾਲ ਹਰ ਏਰੀਏ ਨੂੰ, ਹਰ ਇਲਾਕੇ ਦੇ ਵਿੱਚ ਜਾਂ ਹਰ ਹਲਕੇ ਦੇ ਵਿੱਚ ਜਾ ਕੇ ਤੁਸੀਂ ਕੰਮ ਕਰਨ ਦੀ ਕੋਸ਼ਿਸ਼ ਕੀਤੀ? ਨਹੀਂ, ਇਹ ਬਿਲਕੁਲ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਕਿ ਮੈਂ ਇੱਕ ਇਹੋ ਜਿਹੀ ਪਾਰਟੀ ਨਾਲ ਮੈਂ ਸੰਬੰਧਿਤ ਹਾਂ, ਸ਼੍ਰੋਮਣੀ ਅਕਾਲੀ ਦਲ ਨਾਲ, ਜਿਹਦੇ ਬਾਰੇ ਸ਼ਾਇਦ ਆਮ ਲੋਕਾਂ ਦਾ ਪ੍ਰਭਾਵ ਹੋਵੇ ਵੀ ਇੱਥੇ ਜਥੇਦਾਰਾਂ ਦੀ ਚੱਲਦੀ ਹੈ, ਉਹ ਫੋਨ ਕਰਦੇ ਨੇ, ਉਹ ਦਬਾਅ ਨਾਲ ਕੰਮ ਕਰਦੇ ਨੇ, ਜੋ ਇੱਕ ਪ੍ਰਭਾਵ ਬਣਿਆ ਹੋਇਆ। ਪਰ ਮੈਂ ਅੱਜ ਗੁਰਦੁਆਰਾ ਸਾਹਿਬ 'ਚ ਬੈਠੇ ਹਾਂ, ਆਪਾਂ ਇੱਥੇ ਬੈਠ ਕੇ ਮੈਂ ਪਰਮਾਤਮਾ ਦੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਗੱਲ ਕਹਿ ਸਕਦੀ ਹਾਂ ਕਿ 5 ਸਾਲਾਂ ਦੇ ਦੌਰਾਨ ਜਿਨ੍ਹਾਂ ਲੋਕਾਂ ਨੇ ਮੈਨੂੰ ਬਣਾਇਆ ਸੀ, ਮੈਨੂੰ ਐਡਾ ਮਾਣ ਦਿੱਤਾ, ਉਹਨਾਂ ਦੇ ਘਰਾਂ 'ਚੋਂ, ਉਹਨਾਂ ਦੇ ਦਫ਼ਤਰਾਂ 'ਚੋਂ ਇੱਕ ਵੀ ਫੋਨ ਮੈਨੂੰ ਕਿਸੇ ਕੇਸ ਬਾਰੇ ਨਹੀਂ ਆਇਆ। ਹਾਲਾਂਕਿ ਬਾਦਲ ਸਾਹਿਬ ਦੇ ਜ਼ਿਲ੍ਹੇ 'ਚੋਂ ਬਹੁਤ ਸਾਰੇ ਕੇਸਿਸ ਆਉਂਦੇ ਸੀ, ਜਲਾਲਾਬਾਦ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਇਲਾਕੇ 'ਚ ਬੜੇ ਕੇਸ ਆਉਂਦੇ ਸੀ, ਪਰ ਇੱਕ ਵੀ ਫੋਨ ਕਦੇ ਉਹਨਾਂ ਨੇ, ਜਾਂ ਉਹਨਾਂ ਦੇ ਬੰਦਿਆਂ ਵੱਲੋਂ ਮੈਨੂੰ ਕਿ ਬੀਬਾ ਇਹ ਕੰਮ ਐਵੇਂ ਕਰਨਾ, ਬਿਲਕੁਲ ਨਹੀਂ ਹੋਇਆ। ਜਾਂ ਮੈਂ ਸਮਝਦੀ ਹਾਂ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੂੰ ਮੇਰੇ 'ਤੇ ਐਡਾ ਮਾਣ ਸੀ ਕਿ ਇਹ ਬਿਲਕੁਲ ਸਹੀ ਕਰੂਗੀ ਜੀ, ਅਤੇ ਕਦੇ ਕਿਸੇ ਨੇ ਮੇਰੀ ਅੱਜ ਤੱਕ ਇਹੋ ਜਿਹੀ ਕੋਈ ਸ਼ਿਕਾਇਤ ਨਹੀਂ ਉੱਪਰ ਹਾਈ ਕਮਾਂਡ ਤੱਕ ਕੀਤੀ, ਕਿਉਂਕਿ ਅੱਜ ਵੀ ਮੈਂ ਸਮਝਦੀ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀਆਂ ਨਜ਼ਰਾਂ 'ਚ ਰਹਿਣਾ, ਨਜ਼ਰਾਂ 'ਚ ਆਉਣਾ ਔਰ ਉਹਨਾਂ ਨਜ਼ਰਾਂ 'ਚ ਬਣੇ ਰਹਿਣਾ ਇੱਕ ਬਹੁਤ ਵੱਡਾ ਟਾਸਕ ਹੈ ਸਾਡੀ ਪਾਰਟੀ ਦੇ ਲੀਡਰ ਜੋ ਸਮਝਦੇ ਨੇ, ਔਰ ਮੇਰੇ 'ਤੇ ਮੈਂ ਸਮਝਦੀ ਹਾਂ ਕਿ ਮਿਹਰਬਾਨੀ ਆ ਪਰਮਾਤਮਾ ਦੀ ਕਿ ਜੋ ਮੈਂ 1996-97 ਦੇ ਵਿੱਚ ਬਾਦਲ ਸਾਹਿਬ ਦੀਆਂ ਨਜ਼ਰਾਂ 'ਚ ਆਈ, ਅੱਜ 20-21 ਸਾਲਾਂ ਬਾਅਦ ਵੀ ਅੱਜ ਮੇਰੀ ਇੱਜ਼ਤ, ਅੱਜ ਵੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲਾਂ ਦੇ ਨਜ਼ਰਾਂ ਦੇ ਵਿੱਚ ਅੱਜ ਵੀ ਉਨਾ ਹੀ ਹੈ, ਕਿਉਂਕਿ ਜੋ ਜ਼ਿੰਮੇਵਾਰੀਆਂ ਉਹਨਾਂ ਨੇ ਦਿੱਤੀਆਂ ਮੈਂ ਇਮਾਨਦਾਰੀ ਦੇ ਨਾਲ ਨਿਭਾਈਆਂ ਨੇ, ਆਪਣਾ ਬੁੱਧੀ ਵਿਵੇਕ ਮੈਂ ਆਪ ਖੁਦ ਇਸਤੇਮਾਲ ਕਰਕੇ ਕੀਤੀਆਂ, ਅਤੇ ਈਵਨ ਤੁਸੀਂ ਕਦੇ ਗੱਲ ਕਰ ਲਿਓ ਕਿਸੇ ਕਾਂਗਰਸ ਵਾਲਿਆਂ ਨਾਲ ਵੀ, ਆ ਹੋਰ ਕਦੇ ਉਹਨਾਂ ਨੇ ਮੇਰੇ ਬਾਰੇ, ਉਹ ਕਦੇ ਕਿਸੇ ਨੂੰ ਇਹ ਸ਼ਿਕਾਇਤ ਨਹੀਂ ਹੋਊਗੀ ਕਿ ਮੈਂ ਸਿਰਫ ਇਸ ਕਰਕੇ ਕਿ ਮੈਂ ਕਿਸੇ ਪਾਰਟੀ ਨਾਲ ਜੁੜੀ ਹੋਈ ਸੀ ਤਾਂ ਦੂਜੀ ਧਿਰ ਦੇ ਨਾਲ ਧੱਕਾ ਕੀਤਾ, ਕੋਈ ਵੀ ਅੱਜ ਤੱਕ ਇਹ ਦੋਸ਼ ਹੀ ਨਹੀਂ ਲੱਗਿਆ, ਨਹੀਂ ਤਾਂ ਅਖਬਾਰਾਂ 'ਚ ਆ ਜਾਂਦੀਆਂ ਨੇ ਇਹ ਚੀਜ਼ਾਂ, ਮਤਲਬ ਨਿਊਜ਼ ਚੈਨਲਾਂ 'ਤੇ ਚੱਲ ਜਾਂਦੇ ਨੇ ਕਿ ਪੋਲੀਟੀਕਲ ਹੋ ਕੇ ਚੱਲਦੀਆਂ ਨੇ, ਜਿਵੇਂ ਬਹੁਤ ਸਾਰੇ ਕਮਿਸ਼ਨ ਨੇ ਆਪਾਂ ਦੇਖਦੇ ਹੀ ਹਾਂ, ਅਤੇ ਮੇਰੇ ਵਾਸਤੇ ਬਹੁਤ ਬੜਾ ਮਾਣ ਦੀ ਗੱਲ, ਮੈਂ ਸਮਝਦੀ ਹਾਂ ਕਿ ਪੋਲੀਟੀਕਲ ਪੋਲੀਟਿਕਸ ਨੂੰ ਸਾਈਡ 'ਤੇ ਰੱਖ ਕੇ ਮੈਂ ਆਪਣਾ ਕੰਮ, ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਵਿੱਚ ਮੈਂ ਕਾਮਯਾਬ ਰਹੀ ਹਾਂ। ਮੈਮ, ਆਖਰੀ ਸਵਾਲ ਮੇਰਾ ਇਹ ਹੈ ਕਿ 2013 ਦੇ ਵਿੱਚ ਤੁਸੀਂ ਵੁਮੈਨ ਕਮਿਸ਼ਨ ਦੇ ਚੇਅਰਪਰਸਨ ਬਣੇ ਅਤੇ 2018 ਦੇ ਵਿੱਚ ਤੁਸੀਂ ਆ ਕੇ ਰਿਜ਼ਾਈਨ ਕੀਤਾ, ਹੈ ਨਾ। ਸੋ ਇਹਨਾਂ ਸਾਲਾਂ ਦੌਰਾਨ, ਆਪਣੇ ਕਾਰਜਕਾਲ ਦੌਰਾਨ, ਤੁਸੀਂ ਜਦੋਂ ਜੁਆਇਨ ਕੀਤਾ ਹੋਣਾ ਵਾ, ਉਸ ਟਾਈਮ ਦੀ ਜਿਹੜੀ ਸਿਚੁਏਸ਼ਨ ਹੋਣੀ ਆ ਔਰਤਾਂ ਦੀ ਪੰਜਾਬ ਦੇ ਵਿੱਚ, ਉਹਨੂੰ ਵੀ ਓਬਜ਼ਰਵ ਕੀਤਾ ਹੋਣਾ, ਅਤੇ ਜਦੋਂ ਤੁਸੀਂ ਕੰਮ ਕੀਤਾ, ਰਿਜ਼ਾਈਨ ਕੀਤਾ ਵਾ, ਉਸ ਟਾਈਮ ਵੀ ਤੁਸੀਂ ਓਬਜ਼ਰਵ ਕੀਤਾ ਹੋਣਾ, ਸੋ ਇਹਨਾਂ ਸਾਲਾਂ ਦੌਰਾਨ ਜਦੋਂ ਤੁਸੀਂ ਜੁਆਇਨ ਕੀਤਾ, ਉਸ ਟਾਈਮ ਔਰਤਾਂ ਦੀ ਸਥਿਤੀ ਕੀ ਸੀ, ਜਾਂ ਜਦੋਂ ਤੁਸੀਂ ਰਿਜ਼ਾਈਨ ਕੀਤਾ ਆ, ਤਾਂ ਉਸ ਵੇਲੇ ਔਰਤ ਦੇ ਜਿਹੜੇ ਸਾਡੇ ਸੂਬੇ ਦੇ ਵਿੱਚ ਹਾਲਾਤ ਨੇ ਉਹ ਕੀ ਨੇ, ਉਹਨਾਂ ਨੂੰ, ਉਹਨਾਂ ਦੇ ਵਿੱਚ ਜਾਗਰੂਕਤਾ ਆਈ ਆ, ਉਹਨਾਂ ਦੇ ਜਿਹੜੇ ਅਧਿਕਾਰ ਨੇਗੇ ਜਾਂ ਆਪਣੇ ਰੱਖ ਰਖਾਵ ਦੇ ਲਈ ਜਿਹੜੇ ਉਹਨਾਂ ਦੇ ਲਈ ਕਾਨੂੰਨ ਬਣੇ ਨੇਗੇ, ਕੀ ਤੁਸੀਂ ਫਰਕ ਮਹਿਸੂਸ ਕੀਤਾ ਇਹਨਾਂ ਸਾਲਾਂ ਦੌਰਾਨ? ਦੇਖੋ, ਫਰਕ ਤਾਂ ਜੇ ਆਪਾਂ ਦੇਖੀਏ ਤਾਂ ਜ਼ਰੂਰ ਡੇ ਬਾਏ ਡੇ, ਮੈਂ ਇਹ ਨਹੀਂ ਕਹਿ ਸਕਦੀ ਕਿ ਮੇਰੇ ਐਫਰਟਸ ਦੇ ਨਾਲ ਆਇਆ, ਡੇ ਬਾਏ ਡੇ ਜਾਗਰੂਕਤਾ, ਚਾਹੇ ਸਰਕਾਰਾਂ ਵੱਲੋਂ ਹੋਵੇ ਚਾਹੇ ਹੋਰ NGOs ਕਾਫੀ ਕੰਮ ਕਰ ਰਹੀਆਂ ਨੇ, ਕਿ ਔਰਤਾਂ ਨੂੰ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕਤਾ ਜ਼ਰੂਰ ਆਈ ਆ, ਹਰ ਇੱਕ ਬੰਦਾ ਆਪਣੇ ਆਪਣੇ ਪੱਧਰ 'ਤੇ ਕਾਫੀ ਅੱਛਾ ਕੰਮ ਕਰ ਰਹੇ ਨੇ, ਅਤੇ ਖਾਸ ਕਰਕੇ ਪੋਲੀਟਿਕਸ ਦੀ ਵੀ ਜੇਕਰ ਆਪਾਂ ਗੱਲ ਕਰੀਏ ਤਾਂ ਔਰਤਾਂ, ਇੱਕ ਜ਼ਮਾਨਾ ਹੁੰਦਾ ਸੀ ਜਦੋਂ ਸ਼ੁਰੂ 'ਚ ਮੈਂ ਦੇਖਦੀ ਸੀ ਕਿ ਜਿਵੇਂ ਪੋਲੀਟੀਕਲ ਰੈਲੀਜ਼ ਹੁੰਦੀਆਂ ਸੀ, ਸਿਰਫ ਮੈਂ ਹੀ ਹੁੰਦੀ ਸੀ ਉੱਥੇ, ਕੋਈ ਸੁਣਨ ਵਾਲੀ ਬੀਬੀ ਨਹੀਂ ਸੀ ਹੁੰਦੀ, ਅਤੇ ਬੁਲਾਰਾ ਅੰਨਿਆਂ 'ਚ ਕਾਣਾ ਰਾਜਾ ਮੈਨੂੰ ਜ਼ਰੂਰ ਮੌਕਾ ਮਿਲਦਾ ਸੀ, ਕਿਉਂਕਿ ਮੈਂ ਇੱਕੋ ਬੀਬੀ ਹੁੰਦੀ ਸੀ ਉੱਥੇ ਬੋਲਣ ਵਾਲੀ। ਅਤੇ ਹੁਣ ਤੁਸੀਂ ਪੋਲੀਟੀਕਲ ਰੈਲੀਆਂ ਦਾ ਰੰਗ ਦੇਖੋ, ਚਾਹੇ ਉਹ ਕਾਂਗਰਸ ਦੀਆਂ ਨੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀਆਂ ਜਾਂ ਹੋਰ ਪਾਰਟੀਆਂ ਦੀਆਂ, ਅੱਜ ਤੁਹਾਨੂੰ 50% ਔਰਤਾਂ
ਪੋਲੀਟੀਕਲ ਰੈਲੀਜ਼ ਦੇ ਵਿੱਚ ਸ਼ਰੋਤਾ ਦੇ ਤੌਰ 'ਤੇ ਮਿਲਣਗੀਆਂ ਅਤੇ ਔਰਤਾਂ ਲੀਡਰ ਦੇ ਰੂਪ ਦੇ ਵਿੱਚ ਵੀ ਬਹੁਤ ਅੱਗੇ ਆ ਰਹੀਆਂ ਨੇ। ਜਾਂ ਜਿਵੇਂ ਪੰਚਾਂ ਸਰਪੰਚਾਂ ਦੀ ਗੱਲ ਕਰ ਲਈਏ, ਬੇਸ਼ੱਕ ਅੱਜ ਵੀ ਸਰਪੰਚ ਪਤੀ ਪੰਚ ਪਤੀ ਇਹ ਕੰਸੈਪਟ ਹਲੇ ਚੱਲ ਰਿਹਾ ਹੈ। ਈਵਨ ਸਾਡੇ, ਮੈਨੂੰ ਇਸ ਗੱਲ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਈਵਨ ਸਾਡੀਆਂ ਜਿਹੜੀਆਂ MLA ਆ, ਈਵਨ ਮਨਿਸਟਰ ਪੱਧਰ ਤੱਕ ਦੀਆਂ ਬੀਬੀਆਂ ਵੀ ਅੱਜ ਵੀ ਉਹਨਾਂ ਦੇ ਕੰਮਾਂ ਦੇ ਵਿੱਚ ਉਹਨਾਂ ਦੇ ਪਤੀਆਂ ਦਾ ਦੀ ਦਖਲ ਅੰਦਾਜ਼ੀ ਹੈ, ਪਰ ਫਿਰ ਵੀ ਹਾਲਾਤ ਬੜੇ ਚੇਂਜ ਹੋ ਰਹੇ ਨੇ। ਇੱਕ ਚੀਜ਼ ਮੈਂ ਹੋਰ ਜ਼ਰੂਰ, ਕਈ ਵਾਰ ਜਿਵੇਂ ਅੰਕੜੇ ਆਪਾਂ ਦੇਖ ਲੈਂਦੇ ਹਾਂ ਕਿ ਔਰਤਾਂ ਦੇ ਖਿਲਾਫ ਜੋ ਕ੍ਰਾਈਮ ਹੋ ਰਿਹਾ ਉਹਦੇ ਅੰਕੜੇ ਵੱਧਦੇ ਜਾ ਰਹੇ ਨੇ, ਪਰ ਮੈਂ ਉਹਨੂੰ ਹਮੇਸ਼ਾ ਪੋਜ਼ਿਟਿਵ ਵੇ 'ਚ ਸੋਚਦੀ ਹਾਂ ਕਿ ਜੇਕਰ ਇਹ ਅੰਕੜੇ ਵੱਧ ਰਹੇ ਨੇ, ਰਿਕਾਰਡ ਜੋ ਰਜਿਸਟਰਡ ਕੇਸਿਸ ਨੇ, ਚਾਹੇ FIR ਦੇ ਰੂਪ 'ਚ ਜਾਂ ਕੰਪਲੇਂਟਸ ਦੇ ਰੂਪ ਦੇ ਵਿੱਚ, ਉਹਨਾਂ ਦਾ ਇੱਕ ਕਾਰਨ ਇਹ ਵੀ ਹੈ ਕਿ ਔਰਤਾਂ 'ਚ ਹੁਣ ਜਾਗਰੂਕਤਾ ਆ ਗਈ। ਪਹਿਲਾਂ ਔਰਤਾਂ ਧੱਕਾ ਹੁੰਦਾ ਸੀ, ਉਹ ਚੁੱਪ ਕਰਕੇ ਘਰੇ ਬੈਠ ਜਾਂਦੀਆਂ ਸੀ, ਘਰ ਦੇ ਵੀ ਚੁੱਪ ਕਰਾਉਂਦੇ ਸੀ ਕਿ ਸ਼ਰਮ ਲਿਹਾਜ਼ ਦੀ ਗੱਲ ਹੁੰਦੀ ਸੀ ਕਿ ਆਪਾਂ ਇਹ ਗੱਲ ਨਾ ਕਰੀਏ, ਪਰ ਹੁਣ ਔਰਤਾਂ 'ਚ ਇੰਨੀ ਕੁ ਜਾਗਰੂਕਤਾ ਆ ਗਈ ਕਿ ਉਹ ਆਪਣੀ ਆਵਾਜ਼ ਬੁਲੰਦ ਕਰਨ ਲੱਗ ਗਈਆਂ। ਉਹ ਸੰਬੰਧਿਤ ਪਲੇਟਫਾਰਮ ਨੂੰ ਜ਼ਰੂਰ ਅਪਰੋਚ ਕਰਦੀਆਂ ਕਿ ਸਾਡੇ ਨਾਲ ਧੱਕਾ ਹੋ ਰਿਹਾ, ਇੱਕ ਜਾਗਰੂਕਤਾ ਦੀ ਬਹੁਤ ਵੱਡੀ ਨਿਸ਼ਾਨੀ ਹੈ। ਅਤੇ ਖਾਸ ਕਰਕੇ ਹੁਣ ਮੈਂ ਕ੍ਰਾਈਮ, ਜੇਕਰ ਆਪਾਂ ਕ੍ਰਾਈਮ ਦੀ ਗੱਲ ਕਰ ਲਈਏ, ਆਪਾਂ ਆਪਣੀ ਗੱਲ ਨੂੰ ਕੰਕਲੂਡ ਕਰੀਏ ਜੀ, ਕਿ ਪਿੱਛੇ ਜੀ ਇੱਕ ਨਿਊਜ਼ਪੇਪਰ ਨੇ ਇੱਕ ਰਿਪੋਰਟ ਦਿੱਤੀ ਸੀ, ਨੈਸ਼ਨਲ ਕ੍ਰਾਈਮ ਬਿਊਰੋ ਦੀ ਉਹ ਰਿਪੋਰਟ ਸੀ ਕਿ ਟੋਟਲ ਜੇਕਰ ਆਪਾਂ ਸ਼ੋਸ਼ਣ, ਜਿਨਸੀ ਸ਼ੋਸ਼ਣ ਦੀ ਗੱਲ ਕਰ ਲਈਏ, ਸੈਕਸ਼ੁਅਲ ਹੈਰਸਮੈਂਟ ਦੀ ਗੱਲ ਕਰ ਲਈਏ, ਤਾਂ ਉਹਨਾਂ 'ਚ 71% ਕੇਸਿਸ ਨੇ ਜਿਹੜੇ ਇਨਡੋਰ ਹੋ ਰਹੇ ਨੇ। ਇਨਡੋਰ ਮਤਲਬ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰਾਂ ਰਾਹੀਂ, ਜਾਂ ਜੇਕਰ ਸਕੂਲ 'ਚ ਹੈ ਤਾਂ ਟੀਚਰ ਵੱਲੋਂ ਹੋ ਰਹੇ ਨੇ, ਜਾਂ ਜਿੱਥੇ ਇੱਕ ਬੰਦੇ ਦਾ ਵਿਸ਼ਵਾਸ ਦਾ ਰਿਸ਼ਤਾ ਹੁੰਦਾ ਹੈ ਨਾ ਜੀ, ਉੱਥੇ ਹੋ ਰਹੇ ਨੇ। ਅਤੇ ਅੱਗੇ ਵੀ ਇਹ ਕ੍ਰਾਈਮ ਸੀ, ਅਸੀਂ ਛੋਟੇ ਹੁੰਦੇ ਵੀ ਸੁਣਦੇ ਹੁੰਦੇ ਸੀ ਕਿ ਇਹ ਕ੍ਰਾਈਮ ਹੈ, ਠੀਕ ਹੈ, ਪਰ ਹੁਣ ਇਹ ਕ੍ਰਾਈਮ ਦੇਖੋ ਅਖਬਾਰਾਂ 'ਚ ਵੀ ਡੇਲੀ ਤੁਸੀਂ ਪੜ੍ਹ ਲਓ। ਆਪਾਂ ਇਹ ਨਹੀਂ ਕਹਿ ਸਕਦੇ ਕਿ ਕ੍ਰਾਈਮ ਬਹੁਤ ਜ਼ਿਆਦਾ ਵੱਧ ਗਿਆ, ਪਹਿਲਾਂ ਵੀ ਸੀ ਕ੍ਰਾਈਮ, ਸਿਰਫ ਇਹ ਕਿ ਰਿਪੋਰਟਿੰਗ ਵੱਧ ਗਈ। ਅਤੇ ਇੱਕ ਮੈਂ ਸਮਝਦੀ ਹਾਂ ਕਿ ਸੁਸਾਇਟੀ ਵਾਸਤੇ ਜੇਕਰ ਰਿਪੋਰਟਿੰਗ ਵਧੀਆ, ਬੇਸ਼ੱਕ ਦੁੱਖ ਵਾਲੀ ਵੀ ਗੱਲ ਹੈ ਕਿ ਔਰਤਾਂ ਦੇ ਖਿਲਾਫ ਇੰਨਾ ਕ੍ਰਾਈਮ ਹੋ ਰਿਹਾ, ਪਰ ਉਹ ਇੱਕ ਖੁਸ਼ੀ ਵਾਲੀ ਗੱਲ ਇਹ ਹੈ ਕਿ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੀਆਂ ਨੇ। ਉਹਨਾਂ ਨੂੰ ਪਤਾ ਕਿ ਇਹ ਕਾਨੂੰਨ ਸਾਡੇ ਵਾਸਤੇ ਜੇਕਰ ਬਣਿਆ, ਹੁਣ 354 ਧਾਰਾ ਹੈ ਜਿਹੜੀ ਛੇੜਛਾੜ ਦੇ ਖਿਲਾਫ ਬਣੀ ਹੋਈ ਸੀ, ਪਹਿਲਾਂ ਇੱਕ ਬੜੀ ਸਿੰਪਲ ਜਿਹੀ ਧਾਰਾ ਸੀ, ਨਿਰਭਿਆ ਕੇਸ ਤੋਂ ਬਾਅਦ ਉਹਦੇ 'ਚ ਬਹੁਤ ਸਾਰੀਆਂ ਅਮੈਂਡਮੈਂਟਸ ਹੋਈਆਂ, ਬਹੁਤ ਜ਼ਿਆਦਾ ਉਹਨੂੰ ਸਖ਼ਤ ਕੀਤਾ ਗਿਆ, ਔਰ ਔਰਤਾਂ ਨੂੰ ਉਸ ਗੱਲ ਦੀ ਜਾਗਰੂਕਤਾ ਆ ਰਹੀ ਹੈ ਕਿ ਜੇਕਰ ਕੋਈ ਬੰਦਾ ਸਿੰਪਲ, ਪਹਿਲਾਂ ਹੁੰਦਾ ਸੀ ਕਿ ਕੁੜੀ ਜਾ ਰਹੀ ਹੈ ਉਹਦਾ ਕੋਈ ਪਿੱਛਾ ਕਰ ਰਿਹਾ ਤਾਂ ਉਹ ਇਗਨੋਰ ਕਰ ਦਿੰਦੀ ਸੀ ਡਰ ਕੇ, ਘਰ ਵੀ ਨਹੀਂ ਸੀ ਦੱਸਦੀ। ਹੁਣ ਇਹ ਹੈ ਕਿ ਪਿੱਛਾ ਕਰਨਾ, ਉਹਨੂੰ ਇਹ ਪਤਾ ਲੱਗ ਗਿਆ ਔਰਤ ਨੂੰ ਕਿ ਪਿੱਛਾ ਜੇਕਰ ਕੋਈ ਬੰਦਾ ਕਰ ਰਿਹਾ ਉਹ ਵੀ ਇੱਕ ਬਹੁਤ ਵੱਡਾ ਗੁਨਾਹ ਹੈ, 354 ਦੇ ਤਹਿਤ ਆਉਂਦਾ ਹੈ, ਜਾਂ ਕੋਈ ਬੰਦਾ ਦੂਰ ਤੋਂ ਖੜ ਕੇ ਤੁਹਾਨੂੰ ਘੂਰ ਰਿਹਾ ਉਹ ਵੀ ਇੱਕ ਗੁਨਾਹ ਹੈ। ਇਹ ਔਰਤਾਂ ਨੂੰ ਹੌਲੀ ਹੌਲੀ ਪਤਾ ਲੱਗ ਰਿਹਾ, ਉਹ ਹੁਣ ਕਾਨੂੰਨ ਨੂੰ ਅਪਰੋਚ ਕਰ ਰਹੀਆਂ, ਅਤੇ ਹੁਣ ਇਹ ਕਾਨੂੰਨ ਦੀ ਜ਼ਿੰਮੇਵਾਰੀ ਬਣਦੀ ਹੈ ਏਜੰਸੀਜ਼ ਦੀ ਕਿ ਇੱਕ ਭਰੋਸਾ ਲੈ ਕੇ ਔਰਤਾਂ ਉਹਨਾਂ ਕੋਲ ਆ ਰਹੀਆਂ ਨੇ ਤਾਂ ਘੱਟੋ ਘੱਟ FIR ਰਜਿਸਟਰਡ ਹੋਵੇ, ਔਰਤਾਂ ਨੂੰ ਧੱਕੇ ਨਾ ਖਾਣੇ ਪੈਣ FIR ਰਜਿਸਟਰ ਕਰਨ ਨੂੰ, ਕਿਉਂਕਿ FIR ਰਜਿਸਟਰ ਹੋਣ ਦਾ ਮਤਲਬ ਇਹ ਨਹੀਂ ਕਿ ਤੂੰ ਕੋਈ ਬੰਦਾ ਗੁਨਾਹਗਾਰੀ ਸਾਬਤ ਹੋ ਗਿਆ, ਇਨਵੈਸਟੀਗੇਸ਼ਨ ਹੋਊਗੀ, ਨਾ ਹੋਇਆ ਤਾਂ ਉਹ ਫਸਟ ਇਨਫੋਰਮੇਸ਼ਨ ਰਿਪੋਰਟ ਹੈ। ਸੁਪਰੀਮ ਕੋਰਟ ਨੇ ਵੀ ਆਉਂਦੇ, ਸੁਪਰੀਮ ਕੋਰਟ ਨੇ ਆਰਡਰ ਕੀਤੇ ਨੇ ਕੋਈ ਬੰਦਾ ਸ਼ਿਕਾਇਤ ਲੈ ਕੇ ਆਉਂਦਾ, ਜ਼ਰੂਰੀ ਨਹੀਂ ਔਰਤਾਂ ਕੋਈ ਵੀ ਕੇਸ ਦੇ ਵਿੱਚ, ਤੁਸੀਂ ਇਮੀਜੀਏਟਲੀ ਉਹਦੇ 'ਚ ਰਿਪੋਰਟ ਤੁਸੀਂ ਤੁਹਾਨੂੰ ਲਿਖਣੀ ਪੈਣੀ। ਪਰ ਅੱਜ ਵੀ ਹਾਲਾਤ ਹਲੇ ਇਹ ਨੇ, ਇਹ ਜਾਗਰੂਕਤਾ ਦੀ ਘਾਟ ਹੈ, ਪੁਲਿਸ ਨੂੰ ਹਲੇ ਸੈਂਸਟਾਈਜ਼ ਕਰਨ ਦੀ ਲੋੜ ਹੈ ਕਿ ਜੇਕਰ ਕੋਈ ਬੰਦਾ, ਖਾਸ ਕਰਕੇ ਔਰਤ ਜੇਕਰ ਕੋਈ ਇੱਕ ਹੌਸਲਾ ਕਰਕੇ ਥਾਣੇ 'ਚ ਆਈ ਹੈ ਤਾਂ ਉਹਦੀ FIR ਤਾਂ ਘੱਟੋ ਘੱਟ ਲਿਖੋ ਨਾ, ਬਾਅਦ 'ਚ ਇਨਵੈਸਟੀਗੇਸ਼ਨ ਕਰਕੇ ਤੁਸੀਂ ਨਹੀਂ ਬੰਦਾ ਉਸ ਤਰ੍ਹਾਂ ਦਾ ਦੋਸ਼ੀ ਸਾਬਤ ਹੁੰਦਾ ਤੁਸੀਂ ਛੱਡ ਸਕਦੇ ਹੋ, ਪਰ FIR ਜ਼ਰੂਰ ਕਰੋ, ਉਹਦੇ ਨਾਲ ਔਰਤਾਂ ਦਾ ਹੌਸਲਾ ਥੋੜ੍ਹਾ ਜਿਹਾ ਬੁਲੰਦ ਹੋਊਗਾ ਅਤੇ ਉਹ ਆਪਣੇ ਖਿਲਾਫ ਹੋਣ ਵਾਲੇ ਕ੍ਰਾਈਮ ਦੇ ਖਿਲਾਫ ਹੋਰ ਡਟ ਕੇ ਉਹ ਸਾਹਮਣੇ ਆ ਸਕਦੀ ਹੈ। ਜੀ, ਬਹੁਤ ਮਿਹਰਬਾਨੀ। ਅਤੇ ਮੈਂ ਜਾਂਦੇ ਜਾਂਦੇ ਚਾਹੂੰਗੀ ਕਿ ਅੱਜ ਔਰਤਾਂ ਦੇ ਦਿਨ 'ਤੇ ਆਪਾਂ ਖਾਸ ਗੱਲਬਾਤ ਕਰ ਰਹੇ ਹਾਂ ਔਰਤਾਂ ਦੇ ਲਈ, ਅਤੇ ਖਾਸ ਕਰਕੇ ਸਾਡੀਆਂ ਕੁੜੀਆਂ ਜਿਨ੍ਹਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਇਸ ਸੂਬੇ ਦਾ ਜਾਂ ਫਿਰ ਇਸ ਦੇਸ਼ ਦਾ ਭਵਿੱਖ ਬਣਨਾ, ਉਹਨਾਂ ਨੂੰ ਤੁਸੀਂ ਜ਼ਰੂਰ ਕੁਛ ਕਹਿ ਕੇ ਜਾਵੋ? ਲੜਕੀਆਂ ਬਾਰੇ ਤਾਂ ਖਾਸ ਕਰਕੇ ਮੈਂ ਜ਼ਰੂਰ ਇਹ ਗੱਲ ਕਹਾਂਗੀ ਕਿ ਜਦੋਂ ਆਪਾਂ ਦਾਜ ਦਹੇਜ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਸਾਡੀਆਂ ਲੜਕੀਆਂ ਨੂੰ ਵੀ ਆਪਣੇ ਆਪ ਨੂੰ ਗੁਨਾਹਗਾਰ ਸਮਝਣਾ ਚਾਹੀਦਾ ਹੈ। ਜੇਕਰ ਕੋਈ ਦਹੇਜ ਸ਼ਰੇਆਮ ਮੰਗਦਾ ਹੈ ਕਿ ਸਾਨੂੰ ਇੰਨੀਆਂ ਅੰਗੂਠੀਆਂ ਮੇਰੇ ਰਿਸ਼ਤੇਦਾਰਾਂ ਨੂੰ ਪੈਣੀਆਂ ਚਾਹੀਦੀਆਂ, ਵੱਡੀ ਗੱਡੀ ਆਉਣੀ ਚਾਹੀਦੀ ਹੈ, ਇਹ ਆਈਟਮ ਸੋਹਣੀਆਂ ਚਾਹੀਦੀਆਂ ਨੇ, ਤਾਂ ਕਿਉਂ ਨਹੀਂ ਉਹ ਲੜਕੀਆਂ ਡਟ ਕੇ ਖੜਦੀਆਂ ਕਿ ਅਸੀਂ ਇਹੋ ਜਿਹੇ ਦਾਜ ਦੇ ਲੋਭੀ ਦੇ ਨਾਲ ਅਸੀਂ ਵਿਆਹ ਨਹੀਂ ਕਰਾਉਣਾ? ਲੜਕੀਆਂ ਨੂੰ ਖੁਦ ਆਵਾਜ਼ ਬੁਲੰਦ ਕਰਨੀ ਪੈਣੀ ਹੈ, ਥੋੜ੍ਹਾ ਜਿਹਾ ਸਾਦਗੀ ਵੱਲ ਵੀ ਸਾਨੂੰ ਆਉਣਾ ਪੈਣਾ, ਕਿਉਂਕਿ ਕਿਤੇ ਨਾ ਕਿਤੇ ਜੇਕਰ ਅੱਜ ਆਪਾਂ ਆਪਣੇ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਦੇ ਵਿੱਚ ਬਹੁਤ ਵੱਡਾ ਇਸ਼ੂ ਹੈ, ਜਿਹੜਾ ਵਿਆਹਾਂ ਨਾਲ ਸੰਬੰਧਿਤ ਕਰਜ਼ਿਆਂ ਦੀ ਗੱਲ ਹੀ ਸਾਹਮਣੇ ਆ ਰਹੀ ਹੈ, ਤਾਂ ਆਪਾਂ ਆਪਣੇ ਪੇਰੈਂਟਸ ਨੂੰ ਇੰਨਾ ਦੁਖੀ ਨਾ ਕਰੀਏ ਕਿ ਉਹਨਾਂ ਨੂੰ ਸੌਖੇ ਕਰਨ ਵਾਸਤੇ, ਜਿੰਨੀ ਲੜਕਿਆਂ ਦੀ ਜ਼ਿੰਮੇਵਾਰੀ ਹੈ ਉਨੀ ਲੜਕੀਆਂ ਦੀ ਵੀ ਜ਼ਿੰਮੇਵਾਰੀ ਹੈ। ਸੋ ਆਪਾਂ ਆਪਣੀ ਤਾਕਤ ਪਹਿਚਾਣੀਏ, ਅਸੀਂ ਇਹਨਾਂ ਭਰੂਣ ਹੱਤਿਆ ਦੇ ਖਿਲਾਫ ਖੜ੍ਹੇ ਹੋਈਏ, ਦਹੇਜ ਦੇ ਖਿਲਾਫ ਖੜ੍ਹੇ ਹੋਈਏ, ਅਤੇ ਆਪਣੇ ਖਿਲਾਫ ਜੇਕਰ ਆਪਣੇ ਖਿਲਾਫ਼ ਗੱਲ ਕਰ ਲਈਏ, ਆਪਣੇ ਸਾਹਮਣੇ ਕਿਸੇ ਦੇ ਨਾਲ, ਕਿਸੇ ਲੜਕੀ ਨਾਲ ਕੋਈ ਵਿਤਕਰਾ ਹੋ ਰਿਹਾ, ਕਿਸੇ ਲੜਕੀ ਨਾਲ ਕੋਈ ਬੰਦਾ
ਅਤੇ ਮੈਂ ਇਹ ਪੂਰਾ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜਿਹੜਾ ਬੰਦਾ ਗਲਤ ਸੋਚ ਲੈ ਕੇ ਕਿਸੇ ਔਰਤ ਦੇ ਪ੍ਰਤੀ ਮਾੜੀ ਅੱਖ ਦੇ ਨਾਲ, ਮਾੜੀ ਨਜ਼ਰਾਂ ਦੇ ਨਾਲ ਦੇਖਦਾ, ਮਾਨਸਿਕ ਰੋਗੀ ਹੁੰਦਾ ਹੈ। ਅਤੇ ਜੇਕਰ ਤੁਸੀਂ ਡਟ ਕੇ ਖੜੋਗੇ ਤਾਂ ਉਹਦੇ ਪੈਰ ਨਹੀਂ ਹੁੰਦੇ ਕਦੇ ਵੀ ਮਾੜੇ ਬੰਦੇ ਦੇ, ਆਪਣੇ ਆਪ ਉਹ ਉੱਥੋਂ ਭੱਜੂਗਾ ਵੀ। ਅਤੇ ਤੁਸੀਂ ਡਟ ਕੇ ਇੱਕਜੁੱਟ ਹੋ ਕੇ ਇਹਨਾਂ ਜੋ ਤੁਹਾਨੂੰ ਸਮੱਸਿਆਵਾਂ ਆ ਰਹੀਆਂ, ਖਾਸ ਕਰਕੇ ਜਿਨਸੀ ਸ਼ੋਸ਼ਣ ਦੀਆਂ ਗੱਲਾਂ ਬਾਤਾਂ ਜੋ ਹੋ ਰਹੀਆਂ ਨੇ, ਉਹਨਾਂ ਦੇ ਖਿਲਾਫ਼ ਜੇਕਰ ਅਸੀਂ ਇੱਕਮੁੱਠ ਹੋ ਕੇ ਖੜ੍ਹੇ ਹੋਵਾਂਗੇ, ਔਰ ਜੇਕਰ ਤੁਹਾਡੇ ਖਿਲਾਫ਼ ਕੋਈ ਗੁਨਾਹ ਹੋਇਆ ਹੈ ਤਾਂ ਉਹ ਜ਼ਰੂਰ ਰਿਪੋਰਟ ਦਰਜ ਕਰਵਾਈਏ। ਅਤੇ ਆਪਣੀ ਜਿਹੜੀ ਇੱਕ ਸ਼ਰਮ ਲਿਹਾਜ਼ ਦੀ ਗੱਲ ਹੈ ਕਿ ਲੋਕ ਕੀ ਕਹਿਣਗੇ, ਲੋਕਾਂ ਨੇ ਤਾਂ ਕਹਿੰਦੇ ਰਹਿਣਾ ਹੈ, ਸਦੀਆਂ ਤੋਂ ਕਹਿੰਦੇ ਆ ਰਹੇ ਨੇ, ਪਰ ਅਸੀਂ ਆਪਣੇ ਆਪ ਨੂੰ ਪੀੜਤ ਨਾ ਬਣਾਈਏ, ਸੋ ਡਟ ਕੇ ਖੜ੍ਹੇ ਹੋਈਏ। ਇਹੀ ਮੇਰੀ, ਮੈਂ ਸਮਝਦੀ ਹਾਂ ਕਿ ਅੱਜ ਇੰਟਰਨੈਸ਼ਨਲ ਵੂਮਨ ਡੇ ਦੇ ਮੌਕੇ 'ਤੇ ਇਹੀ ਆਪਾਂ ਇੱਕ ਅਹਿਦ ਕਰੀਏ, ਇਹ ਇੱਕ ਆਪਾਂ ਇੱਕ ਪ੍ਰੇਰਨਾ ਲਈਏ ਇਸ ਗੱਲ ਤੋਂ ਕਿ ਅਸੀਂ ਅੱਜ ਤੋਂ ਬਾਅਦ ਆਪਣੇ ਖਿਲਾਫ਼ ਕੋਈ ਕਿਸੇ ਕਿਸਮ ਦਾ ਧੱਕਾ ਨਾ ਸਹਾਂਗੇ, ਅਤੇ ਨਾ ਹੀ ਸਾਡੇ ਸਾਹਮਣੇ ਕਿਸੇ ਬੀਬੀ ਨਾਲ ਧੱਕਾ ਹੁੰਦਾ ਹੈ ਤਾਂ ਅਸੀਂ ਉਸ ਧੱਕੇ ਦੇ ਖਿਲਾਫ਼ ਆਵਾਜ਼ ਬੁਲੰਦ ਕਰਾਂਗੇ। ਸੋ ਸਾਰਿਆਂ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਮੈਂ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ, ਤੁਹਾਡੇ ਹੋਰ ਵੀ ਅੱਗੇ ਜਿਹੜੇ ਪ੍ਰੋਗਰਾਮ ਨੇਗੇ, ਅਤੇ ਸਾਡੇ ਇਸ ਖਾਸ ਦਿਨ 'ਤੇ ਇੰਟਰਨੈਸ਼ਨਲ ਵੂਮਨ ਡੇ 'ਤੇ ਸਾਡੇ ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ, ਬਹੁਤ ਚੰਗੀਆਂ ਗੱਲਾਂ ਕੀਤੀਆਂ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਇਹ ਸਨ SGPC ਮੌਜੂਦਾ ਮੈਂਬਰ ਅਤੇ ਪੰਜਾਬ ਵੂਮਨ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਮੈਡਮ ਪਰਮਜੀਤ ਕੌਰ ਲਾਂਡਰਾ ਹੋਰੀ, ਜਿਨ੍ਹਾਂ ਦੇ ਨਾਲ ਅੱਜ ਅਸੀਂ ਇੰਟਰਨੈਸ਼ਨਲ ਵੂਮਨ ਡੇ 'ਤੇ ਖਾਸ ਗੱਲਬਾਤ ਕੀਤੀ, ਅਤੇ ਆਪਣੇ ਕਾਰਜਕਾਲ ਦੌਰਾਨ ਉਹਨਾਂ ਨੇ ਨਿਰਪੱਖ ਰਹਿ ਕੇ ਕੰਮ ਕੀਤਾ। ਸੋ ਉਮੀਦ ਹੈ ਕਿ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਨੂੰ ਪਸੰਦ ਕਰੋਗੇ। ਬਾਕੀ ਮੈਨੂੰ ਗੁਰਦੀਪ ਗਰੇਵਾਲ ਨੂੰ ਦੇ ਦਿਓ ਇਜਾਜ਼ਤ, ਅਤੇ ਤੁਸੀਂ ਜੁੜੇ ਰਹੋ ਨਿਊਜ਼ ਨੰਬਰ ਦੇ ਨਾਲ।